ਸਿੱਖ ਨਿਊਜ਼ ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅੱਜ ਪ੍ਰੋਗਰਾਮ ਰਿਐਲਿਟੀ ਚੈੱਕ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਉਸ ਵਿਸ਼ੇ ਉੱਤੇ ਜਿਸ ਕਾਰਨ ਇੱਕ ਸਿੱਖੀ ਦਾ ਅਤੇ ਸਿੱਖ ਦਾ ਵਜੂਦ ਹੈ, ਜਿਸ ਤੋਂ ਬਿਨਾਂ ਸਿੱਖ ਕਿ ਸਿੱਖ ਦਾ ਕੋਈ ਵਜੂਦ ਹੀ ਨਹੀਂ ਹੈ, ਸਿੱਖ ਮਰ ਜਾਂਦਾ। ਉਹ ਹੈਗਾ ਅੰਮ੍ਰਿਤ ਸੰਚਾਰ, ਜੋ ਇੱਕ ਸਿੱਖ ਦੇ ਜੀਵਨ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਖਾਲਸੇ ਦਾ ਜਨਮ ਹੀ ਪੌਲ ਦੇ ਨਾਲ ਹੋਇਆ, ਖੰਡੇ ਬਾਟੇ ਦੀ ਪੌਲ ਨਾਲ, ਅੰਮ੍ਰਿਤ ਨਾਲ ਹੋਇਆ। ਅੱਜ ਅਸੀਂ ਉਸ ਵਿਸ਼ੇ ਨਾਲ ਗੱਲ ਕਰਾਂਗੇ ਕਿ ਕਿਉਂ ਜਿਸ ਖੰਡੇ ਬਾਟੇ ਦੀ ਪੌਲ ਨੇ ਸਾਰੀ ਜਾਤਾਂ ਨੂੰ, ਸਾਰੇ ਵਰਨਾਂ ਨੂੰ, ਜਿਸ ਚੀਜ਼ ਨੇ ਸਾਰਿਆਂ ਨੂੰ ਇੱਕਜੁੱਟ ਕੀਤਾ, ਸਮਾਜ ਨੂੰ ਹਰ ਪੱਖੋਂ, ਅੱਜ ਅਸੀਂ ਉਹ ਬਾਟੇ ਹੀ ਅਲੱਗ ਅਲੱਗ ਕਰ ਲਏ। ਜਿਸ ਦੇ ਲਈ ਸਾਡੇ ਨਾਲ ਮੌਜੂਦ ਨੇ ਸਿੱਖ ਕੌਮ ਦੇ ਬਹੁਤ ਹੀ ਮਾਰੂਫ ਅਤੇ ਨਿਧੜਕ ਨਿਰਪੱਖ ਸਕੋਲਰ ਰਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਜਿਨ੍ਹਾਂ ਨੇ ਕਿਤਾਬ ਵੀ ਲਿਖੀ ਹੈ ਪੌਲ ਇੱਕ ਅਦੁੱਤੀ ਬਖਸ਼ਿਸ਼। ਅਤੇ ਅੱਜ ਅਸੀਂ ਇਹਨਾਂ ਤਮਾਮ ਮਸਲਿਆਂ ਉੱਤੇ, ਨਿਤਨੇਮ ਦੀ ਬਾਣੀਆਂ ਬਾਰੇ ਅਤੇ ਹੋਰ ਮਸਲਿਆਂ ਉੱਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਤੁਹਾਡੇ ਸਾਡੇ ਸ਼ੋਅ 'ਚ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਸਿੰਘ ਸਾਹਿਬ, ਅਸੀਂ ਕਹਿੰਦੇ ਹਾਂ ਕਿ ਜਿਹੜਾ ਅੰਮ੍ਰਿਤ ਹੈ ਇੱਕ ਇਨਸਾਨ ਨੂੰ ਨਵਾਂ ਜੀਵਨ ਦਿੰਦਾ ਜੀ। ਪਿਛਲਾ ਕਰਮ, ਪਿਛਲਾ ਧਰਮ, ਪਿਛਲੀ ਸ਼ਰਮ, ਮਤਲਬ ਇੱਕ ਜਿਹੜਾ ਹਿੰਦੂਇਜ਼ਮ ਦਾ ਜਾਂ ਬ੍ਰਾਹਮਣਿਜ਼ਮ ਦਾ ਜਿਹੜਾ ਹੈਂਗਓਵਰ ਹੈ ਉਹ ਤੋੜਦਾ। ਪਰ ਜਦੋਂ ਅਸੀਂ ਅੱਜ ਦੇਖਦੇ ਹਾਂ ਆਪਣੇ ਸਿੱਖਾਂ ਵੱਲ, ਤਾਂ ਉਹਨਾਂ ਵਿੱਚੋਂ ਉਹ ਜਿਹੜੀ ਅੰਮ੍ਰਿਤ ਦੀ ਜਾਂ ਬਾਣੀ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਉਹ ਨਹੀਂ ਆ ਪਾਉਂਦੀ। ਉਹਨਾਂ ਨੇ ਹਜੇ ਵੀ ਕਈ ਅੰਮ੍ਰਿਤ ਛੱਕ ਕੇ ਵੀ ਬੀਬੀਆਂ ਨੇ ਸੰਧੂਰ ਲਾਏ ਹੁੰਦੇ ਨੇ, ਹੱਥਾਂ 'ਚ ਸਟੋਨ ਪਾਏ ਹੁੰਦੇ ਨੇ, ਸੁੱਚ ਝੂਠ ਦਾ ਵਹਿਮ ਕਰਦੇ ਨੇ, ਇਹਦੇ ਵਿੱਚ ਕੀ ਵਜ੍ਹਾ? ਜਸਨੀਤ ਸਿੰਘ ਜੀ, ਤੁਸੀਂ ਜਵਾਬ ਆਪ ਹੀ ਦੇ ਦਿੱਤਾ ਸਵਾਲ ਕਰਕੇ, ਮਾਫ਼ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਦੂਸਰੀ ਗੱਲ ਕਹਿੰਦੀ ਹੈ ਕਿ ਅੰਮ੍ਰਿਤ ਕਿਤੇ ਬਾਹਰ ਨਹੀਂ, ਨਾਨਕ ਅੰਮ੍ਰਿਤ ਮਨੈ ਮਾਹੇ, ਅੰਮ੍ਰਿਤ ਮਨ ਦੇ ਵਿੱਚ ਹੀ ਹੈ। ਮਿਲਦਾ ਕਿਸ ਤਰ੍ਹਾਂ? ਪਾਈ ਹੈ ਗੁਰ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਨਾਲੋਂ ਅੰਮ੍ਰਿਤ ਪ੍ਰਾਪਤ ਹੁੰਦਾ। ਅੰਮ੍ਰਿਤ ਹੈ ਨਾਮ। ਹੁਣ ਅਸੀਂ ਪਾਹੁਲ ਨੂੰ ਵੀ ਅੰਮ੍ਰਿਤ ਦਾ ਨਾਂ ਦੇ ਦਿੱਤਾ, ਜਿਹਦੀ ਅਸੀਂ ਗੱਲ ਕਰ ਰਹੇ ਹਾਂ ਉਹ ਅੰਮ੍ਰਿਤ ਨਹੀਂ ਪਾਹੁਲ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਾਹੁਲ ਦੀ ਬਖਸ਼ਿਸ਼ ਕੀਤੀ। ਅਸੀਂ ਰੋਜ਼ ਕਹਿੰਦੇ ਹਾਂ ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਪਾਹੁਲ ਹੈ। ਪਾਹੁਲ ਦਾ ਮਤਲਬ ਹੁੰਦਾ ਪਾਹ ਲਾਉਣਾ, ਪਾਹ ਚੜਾਉਣਾ। ਪਾਹ ਚੜਾਉਣਾ ਕਿਹਨੂੰ ਕਹਿੰਦੇ ਨੇ? ਅੱਜ ਕੱਲ੍ਹ ਤਾਂ ਸ਼ਾਇਦ ਲੋਕਾਂ ਨੂੰ ਬਹੁਤ ਘੱਟ ਪਤਾ ਹੋਏਗਾ, ਜਿਸ ਵੇਲੇ ਕੋਈ ਕੋਰਾ ਕੱਪੜਾ ਹੁੰਦਾ ਸੀ ਉਹਨੂੰ ਰੰਗ ਚੜਾਉਣਾ ਹੁੰਦਾ ਸੀ ਨਾ ਜੀ, ਰੰਗ ਚੜਾਉਣ ਤੋਂ ਪਹਿਲਾਂ ਪਾਹ ਚੜਾਈ ਜਾਂਦੀ ਸੀ। ਜੇ ਪਾਹ ਚੜੇ ਤਾਂ ਫਿਰ ਰੰਗ ਪੱਕਾ ਚੜਦਾ ਸੀ, ਜੇ ਪਾਹ ਨਹੀਂ ਚੜੀ ਹੋਈ ਤਾਂ ਫਿਰ ਰੰਗ ਪੱਕਾ ਨਹੀਂ ਸੀ ਚੜਦਾ। ਇਹ ਪਾਹੁਲ ਹੈ, ਇਹ ਬੰਦੇ ਨੂੰ ਅੰਮ੍ਰਿਤਧਾਰੀ ਬਣਾਉਂਦੀ ਹੈ। ਪਰ ਜਿਸ ਵੇਲੇ ਪਾਹੁਲ ਛੱਕ ਕੇ ਪਾਹੁਲ ਦੀ ਮਰਿਆਦਾ ਦੇ ਉੱਤੇ ਸਿੱਖ ਤੁਰਦਾ, ਉਹਦੇ ਅਨੁਸਾਰ ਫਿਰ ਰੋਜ਼ ਗੁਰਬਾਣੀ ਪੜ੍ਹਦਾ, ਗੁਰਬਾਣੀ ਵਿਚਾਰਦਾ, ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲ ਲੈਂਦਾ, ਨਾਮ ਅੰਮ੍ਰਿਤ ਉਹਦੇ ਹਿਰਦੇ 'ਚ ਵੱਸ ਜਾਂਦਾ, ਫਿਰ ਉਹ ਅੰਮ੍ਰਿਤਧਾਰੀ ਬਣ ਜਾਂਦਾ। ਅਸੀਂ ਕਹਿ ਸਕਦੇ ਹਾਂ ਪਾਹੁਲ ਇੱਕ ਪਲੈਜ ਸੈਰੇਮਨੀ ਹੈ। ਇਟਸ 100% ਏ ਪਲੈਜ ਸੈਰੇਮਨੀ, ਤੁਸੀਂ ਬਿਲਕੁਲ ਹੀ ਪਰਫੈਕਟ ਲਫਜ਼ ਵਰਤਿਆ। ਓਕੇ, ਪਾਹੁਲ ਛੱਕਣਾ ਜਿਹੜਾ ਹੈ ਇਹ ਗੁਰੂ ਨਾਲ ਇੱਕ ਕਮਿਟਮੈਂਟ ਕਰਨੀ ਹੈ ਕਿ ਸਤਿਗੁਰੂ ਅੱਜ ਤੋਂ ਬਾਅਦ ਮੈਂ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਜੀਵਨ ਬਤੀਤ ਕਰਾਂਗਾ, ਔਰ ਲੋੜ ਪੈਣ ਦੇ ਉੱਤੇ ਆਪਣੇ ਸਿਧਾਂਤਾਂ 'ਤੇ ਪਹਿਰਾ ਦਿੰਦਾ ਹੋਏ ਕੌਮ ਦੀ ਅਣਖ ਦੇ ਵਾਸਤੇ, ਆਪਣੀ ਜਾਨ ਵਾਰਨ ਵਾਸਤੇ, ਆਪਣਾ ਸੀਸ ਵਾਰਨ ਵਾਸਤੇ ਸਦਾ ਤਿਆਰ ਰਹਾਂਗਾ। ਜਦੋਂ ਵੀ ਲੋੜ ਪਏਗੀ ਮੈਂ ਆਪਣਾ ਸੀਸ ਵਾਰ ਦਿਆਂਗਾ, ਕੌਮ ਦੀ ਅਣਖ ਵਾਸਤੇ, ਗੁਰਮਤਿ ਸਿਧਾਂਤਾਂ ਦੇ ਵਾਸਤੇ ਆਪਣਾ ਸੀਸ ਵਾਰਨ ਨੂੰ ਤਿਆਰ ਰਹਾਂਗਾ। ਇਹ ਪਲੈਜ ਹੈ ਜਿਹੜੀ ਅਸੀਂ ਲੈਂਦੇ ਹਾਂ। ਅਤੇ ਫਿਰ ਸਾਡੇ ਵਿੱਚ ਇੱਕ ਚੰਡੀ ਦੀ ਵਾਰ ਵਰਸਿਸ ਆਸਾ ਕੀ ਵਾਰ, ਇਹ ਕਿਉਂ ਡਿਵੀਜ਼ਨ ਸਾਡੇ 'ਚ ਹੋ ਗਿਆ? ਈਵਨ ਕਿ ਨਿਤਨੇਮ ਦੀ ਬਾਣੀਆਂ ਤੋਂ ਲੈ ਕੇ ਵੀ ਸਾਡੀ ਬਹੁਤ ਕਨਫਿਊਜ਼ਨ ਹੈ। ਬਾਣੀ ਇੱਕ ਹੈ, ਸੈਰੇਮਨੀ ਇੱਕ ਹੈ, ਸੋਰਸ ਆਫ ਇਨਫੋਰਮੇਸ਼ਨ ਇੱਕ ਹੈ, ਪਰ ਬਾਟੇ ਸਭ ਨੇ ਆਪਣੇ ਅਲੱਗ ਅਲੱਗ ਨੇ, ਮਰਿਆਦਾ ਸਭ ਦੀ ਆਪਣੀ ਆਪਣੀ ਹੈ। ਨਹੀਂ, ਤੁਸੀਂ ਹੁਣੇ ਕਹਿ ਰਹੇ ਹੋ ਸੋਰਸ ਆਫ ਇਨਫੋਰਮੇਸ਼ਨ ਇੱਕ ਹੈ ਜੀ, ਨਾਲੇ ਤੁਸੀਂ ਦੋ ਦੀ ਗੱਲ ਕਰੀ ਜਾ ਰਹੇ ਹੋ, ਦਸਮ ਗ੍ਰੰਥ ਦੀ ਗੱਲ ਕਰੀ ਜਾ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀ ਜਾ ਰਹੇ ਹੋ, ਫਿਰ ਦੋ ਨਹੀਂ, ਫਿਰ ਦੋ ਸੋਰਸ ਕਿਵੇਂ, ਇੱਕ ਸੋਰਸ ਕਿਵੇਂ ਹੋ ਗਿਆ, ਫਿਰ ਦੋ ਸੋਰਸ ਬਣ ਗਏ। ਬਟ ਅਸੀਂ ਇੱਕ ਪਾਸੇ ਕਹਿੰਦੇ ਨਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਤਾਂ ਸਾਡਾ ਇੱਕੋ। ਬਸ ਸਾਡੀ ਸਾਰੀ ਸਮੱਸਿਆ ਜਿਹੜੀ ਇਹੀ ਹੈ, ਆ ਜਿਹੜੀ ਤੁਸੀਂ ਆਈਡੈਂਟੀਫਾਈ ਕੀਤੀ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸਿੱਖ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਠੀਕ ਹੈ। ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ, ਗਿਆਨੀ ਗਿਆਨ ਸਿੰਘ ਜੀ ਦੇ ਸ਼ਬਦਾਂ ਦੇ ਵਿੱਚ ਅਸੀਂ ਰੋਜ਼ ਇਸ ਗੱਲ ਨੂੰ ਰਟਨ ਕਰਦੇ ਹਾਂ, ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ
ਗ੍ਰੰਥ ਜਿਸ ਵੇਲੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ ਤੇ ਫਿਰ ਹੋਰ ਕੋਈ ਵੀ ਕਿਤਾਬ ਹੋਰ ਕੋਈ ਵੀ ਰਚਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਉਹਨੂੰ ਨਾ ਅਸੀਂ ਗੁਰਬਾਣੀ ਕਹਿ ਸਕਦੇ ਹਾਂ ਨਾ ਉਹਦੇ ਨਾਲ ਕੋਈ ਸਾਡਾ ਸੰਬੰਧ ਹੋ ਸਕਦਾ। ਪਰ ਅਸੀਂ ਉਸ ਚੀਜ਼ ਨੂੰ ਕਿਵੇਂ ਛੱਡ ਸਕਦੇ ਹਾਂ? ਅਸੀਂ ਪਹਿਲੇ ਮੈਂ ਗੱਲ ਸ਼ੁਰੂਆਤ ਕਰਦਾ ਜਦੋਂ ਸਿੱਖ ਸਵੇਰੇ ਅੰਮ੍ਰਿਤ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਉਹਨਾਂ ਵਿੱਚੋਂ ਤਿੰਨ ਜਿਹੜੀਆਂ ਰਚਨਾਵਾਂ ਨੇ ਉਹ ਦਸਮ ਗ੍ਰੰਥ ਤੋਂ ਨੇ। ਸਿੱਖ ਦਾ ਅਸਲ ਨਿਤਨੇਮ ਫਿਰ ਕੀ ਹੈ? ਤੁਹਾਨੂੰ ਪਹਿਲਾਂ ਇਹ ਸਮਝਣਾ ਪਏਗਾ ਵੀ ਇਹ ਵਿਚਿੱਤਰ ਨਾਟਕ ਅਸਲ ਦੇ ਵਿੱਚ ਜਿਹਨੂੰ ਤੁਸੀਂ ਦਸਮ ਗ੍ਰੰਥ ਕਹਿ ਰਹੇ ਹੋ ਜੀ, ਇਹਦਾ ਨਾਂ ਹੈ ਵਿਚਿੱਤਰ ਨਾਟਕ ਗ੍ਰੰਥ, ਇਹਦਾ ਨਾਂ ਦਸਮ ਗ੍ਰੰਥ ਨਹੀਂ ਹੈ। ਤੁਸੀਂ ਪੁਰਾਣੇ ਇਹਦੇ ਕੁਝ ਖਰੜੇ ਦੇਖੋ ਜੀ, ਈਵਨ ਜਿਹੜੀਆਂ ਚਾਰ ਬੇਸਿਕ ਇਹਦੇ ਖਰੜੇ ਮੰਨੇ ਜਾਂਦੇ ਨੇ, ਇੱਕ ਮੋਤੀ ਬਾਗ ਵਾਲੀ ਬੀੜ, ਇੱਕ ਪਟਨੇ ਵਾਲੀ ਬੀੜ, ਇਸ ਤਰ੍ਹਾਂ ਚਾਰ ਨੇ, ਇੱਕ ਸੰਗਰੂਰ ਵਾਲੀ, ਇਹ ਚਾਰ ਬੀੜਾਂ ਨੇ। ਓਕੇ, ਉਹਨਾਂ ਦੇ ਉੱਤੇ ਕਿਸੇ ਦੇ ਉੱਤੇ ਵੀ ਪਹਿਲਾਂ ਤਾਂ ਉਹਨਾਂ ਚਾਰਾਂ 'ਚ ਭੇਦ ਹੈ, ਸੇਮ ਬਾਣੀਆਂ ਨਹੀਂ, ਸੇਮ ਰਚਨਾਵਾਂ ਨਹੀਂ। ਓਕੇ, ਫਿਰ ਦੂਸਰਾ ਉਹਨਾਂ ਦੇ ਉੱਤੇ ਕਿਸੇ ਦੇ ਉੱਤੇ ਵੀ ਦਸਮ ਗ੍ਰੰਥ ਨਹੀਂ ਲਿਖਿਆ ਹੋਇਆ, ਕੋਈ ਨਾਂ ਨਹੀਂ ਲਿਖਿਆ ਹੋਇਆ। ਅਤੇ ਫਿਰ ਦਸਮ ਗ੍ਰੰਥ, ਦਸਮ ਗ੍ਰੰਥ ਤਾਂ ਬਹੁਤ ਬਾਅਦ ਦੇ ਵਿੱਚ ਆਇਆ, ਪਹਿਲਾਂ ਇਹਦਾ ਤੁਸੀਂ ਤਤਕਰਾ ਅਗਰ ਪੜ੍ਹੋ ਤਾਂ ਤਤਕਰੇ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਕਈ ਵਾਰੀ ਵਿਚਿੱਤਰ ਨਾਟਕ ਲਫਜ਼ ਆਉਂਦਾ। ਓਕੇ, ਉਹਦੀ ਵਜ੍ਹਾ ਕਰਕੇ ਇਹਦਾ ਨਾਮ ਵਿਚਿੱਤਰ ਨਾਟਕ ਗ੍ਰੰਥ ਰੱਖ ਲਿਆ ਗਿਆ। ਠੀਕ ਹੈ, ਜਿਹੜੇ ਲੋਕ ਇਹਨੂੰ ਪ੍ਰਮੋਟ ਕਰ ਰਹੇ ਨੇ, ਜਿਹੜੇ ਇਹਨੂੰ ਸਿੱਖ ਕੌਮ ਦੇ ਵਿੱਚ ਵਾੜਨਾ ਚਾਹੁੰਦੇ ਨੇ, ਉਹਨਾਂ ਵੇਖਿਆ ਕਿ ਵਿਚਿੱਤਰ ਨਾਟਕ ਦੇ ਨਾਂ ਦੇ ਉੱਤੇ ਕੌਮ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ, ਉਹਨਾਂ ਇਹਦਾ ਨਾਂ ਬਦਲ ਕੇ ਦਸਮ ਗ੍ਰੰਥ ਕਰਤਾ। ਓਕੇ, ਕਿ ਇਹ ਪ੍ਰਚਾਰਨਾ ਸ਼ੁਰੂ ਕਰਤਾ ਕਿ ਜੇ ਦਸਵੇਂ ਪਾਤਸ਼ਾਹ ਦਾ ਗ੍ਰੰਥ ਹੈ ਇਸ ਕਰਕੇ ਇਹਨੂੰ ਦਸਮ ਗ੍ਰੰਥ ਕਹਿ ਰਹੇ ਹਾਂ। ਉਹ ਹੌਲੀ ਹੌਲੀ ਉਹਦਾ ਨਾਂ ਬਦਲਦੇ ਦਸਮ ਗ੍ਰੰਥ ਉਹ ਸ੍ਰੀ ਦਸਮ ਗ੍ਰੰਥ ਸਾਹਿਬ ਬਣਿਆ, ਫਿਰ ਹੁਣ ਅੱਜ ਜਿਹੜਾ ਲੇਟੈਸਟ ਹੈ ਉਹ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਦਿੱਤਾ ਗਿਆ। ਜਿਹੜੇ ਲੋਕ ਇਹਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਦਾ ਮਕਸਦ ਕੀ ਹੈ ਇੱਥੋਂ ਬੜਾ ਸਪਸ਼ਟ ਹੋ ਜਾਂਦਾ। ਜਿਸ ਵੇਲੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣਾ ਸ਼ੁਰੂ ਕਰ ਦਿੱਤਾ ਉਹ ਬੜਾ ਸਪਸ਼ਟ ਹੋ ਜਾਂਦਾ, ਉਹ ਗੁਰੂ ਗ੍ਰੰਥ ਸਾਹਿਬ ਨੂੰ ਰਿਪਲੇਸ ਕਰਨਾ ਚਾਹੁੰਦੇ ਨੇ। ਉਹਦੇ ਵਿੱਚ ਪਹਿਲੀ ਪੌੜੀ ਹੈ ਕਿ ਇਹਨੂੰ ਉਹਦੇ ਬਰਾਬਰ ਐਸਟੈਬਲਿਸ਼ ਕਰਤਾ ਜਾਏ। ਪਹਿਲਾਂ ਇਹਦੇ ਕੋਲ ਸਟੈਂਡਰਡ ਪੇਜਿਸ ਨਹੀਂ ਸੀ ਜੀ, ਇਹਦੇ ਵਿੱਚ ਬਾਣੀਆਂ ਵੱਧ ਘੱਟ ਕਰਕੇ ਇੱਕ ਸੋਧਕ ਕਮੇਟੀ ਬਣਾਈ ਗਈ 1897 ਦੇ ਵਿੱਚ। ਉਸ ਸੋਧਕ ਕਮੇਟੀ ਨੇ 8 ਰਚਨਾਵਾਂ ਵਿੱਚੋਂ ਕੱਢ ਦਿੱਤੀਆਂ। ਤੁਸੀਂ ਮੈਨੂੰ ਇਹ ਦੱਸੋ ਕਿ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਚਨਾ ਤਾਂ ਕਿਸੇ ਨੂੰ ਅਖਤਿਆਰ ਹੈ ਕਿ ਵਿੱਚੋਂ ਕੱਢ ਦਿਓ ਵਿੱਚੋਂ ਕੋਈ ਰਚਨਾ? 8 ਰਚਨਾਵਾਂ ਕੱਢ ਦਿੱਤੀਆਂ ਗਈਆਂ, ਔਰ ਸੋਧਕ ਕਮੇਟੀ ਨੇ ਜਿਨ੍ਹਾਂ ਨੂੰ ਆਧਾਰ ਬਣਾਇਆ, ਜਿਹੜੇ ਚਾਰ ਬੇਸਿਕ ਨੇ, ਵੈਸੇ ਇੱਕ ਹੁੰਦਾ ਬੇਸਿਕ, ਉਸ ਤੋਂ ਹੀ ਸਾਰਾ ਚੱਲਦਾ ਸਿਲਸਿਲਾ, ਉਹ ਚਾਰ ਨੇ। ਹੁਣ ਕਿਹਨੂੰ ਤੁਸੀਂ ਪ੍ਰਮਾਣਿਕ ਮੰਨੋ, ਕਿਹਦੇ ਆਧਾਰ 'ਤੇ ਲਵੋ? ਉਹਨਾਂ ਚਾਰਾਂ ਨੂੰ ਉਹਨਾਂ ਨੇ ਕੰਸਲਟ ਹੀ ਨਹੀਂ ਕੀਤਾ, ਉਹਨਾਂ ਹੋਰ 12 ਸਰੂਪ ਲੈ ਬੀੜਾਂ ਲੈ ਕੇ ਇਹਦੀਆਂ ਦਸਮ ਗ੍ਰੰਥ ਦੀਆਂ ਵਿਚਿੱਤਰ ਨਾਟਕ ਦੀਆਂ, ਅਤੇ ਉਹਦੇ ਮੁਤਾਬਕ ਸੋਧ ਕੀਤੀ, ਉਹਦੇ ਵਿੱਚੋਂ 8 ਜਿਹੜੀਆਂ ਰਚਨਾਵਾਂ ਕੱਢ ਦਿੱਤੀਆਂ। ਤੁਸੀਂ ਮੈਨੂੰ ਇਹ ਦੱਸੋ ਵੀ ਕਿਹਨੂੰ ਅਧਿਕਾਰ ਹੈ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਹੈ ਅਤੇ ਉਹ 8 ਰਚਨਾਵਾਂ ਉਹਦੇ 'ਚੋਂ ਕੱਢ ਦਿੱਤੀਆਂ ਜਾਣ? ਔਰ ਕੱਢਣ ਤੋਂ ਬਾਅਦ ਅਸਲ ਜਿਹੜਾ ਮਕਸਦ ਸੀ ਉੱਥੇ ਪਹੁੰਚ ਗਏ ਕਿ 1428 ਪੰਨੇ ਬਣਾ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ, 1430 ਪੰਨੇ ਰਾਗਮਾਲਾ ਸਮੇਤ, ਵੈਸੇ 1429 ਨੇ ਅਤੇ ਰਾਗਮਾਲਾ ਸਮੇਤ 1430, ਅਤੇ ਇੱਥੇ ਇਹਦੇ 1428 ਬਣਾ ਦਿੱਤੇ ਗਏ। ਉਹਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸ਼ਰੀਕ ਖੜਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਨੇ 5 ਜਿਹੜੀਆਂ, ਜਪਜੀ ਸਾਹਿਬ, ਜਾਪ, ਸਵਈਏ, ਚੌਪਈ ਅਤੇ ਅਨੰਦ ਸਾਹਿਬ, ਜਿਹਦੀ ਚੌਪਈ ਸਭ ਤੋਂ ਜ਼ਿਆਦਾ ਕਿਸੇ ਜਦੋਂ ਵੀ ਬਾਣੀ ਪੜ੍ਹਦਾ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਉਹਨੂੰ ਚੌਪਈ ਯਾਦ ਹੁੰਦੀ ਹੈ, ਜਿਹਦੀ ਚਿਤਤਰ ਪੁਖਿਆਨ ਦਾ ਪਾਠ ਹੈਗੀ ਹੈ, ਜਿਹਨੂੰ ਪੜ੍ਹਦੇ ਸ਼ਰਮ ਆਉਂਦੀ ਹੈ। ਪਰ ਇਹ 100 ਕੁ ਸਾਲ ਹੋ ਗਏ ਨੇ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ ਜਿਹੜੀ ਅਸੀਂ ਅੱਜ ਪੜ੍ਹ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ, 100 ਕੁ ਸਾਲ ਤਾਂ ਹੋ ਗਏ ਨੇ ਸਾਡੇ ਗੁਰਦੁਆਰੇ ਵਿੱਚ ਇਹਨੂੰ ਜਿਵੇਂ ਪੜ੍ਹ ਰਹੇ ਹਾਂ। ਇਸ ਤਰ੍ਹਾਂ ਹੈ ਜੀ, ਸਭ ਤੋਂ ਵੱਡੀ ਕਾਮਯਾਬੀ ਉਹਨਾਂ ਲੋਕਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰਨਾ ਚਾਹੁੰਦੇ ਸਨ, ਉਹਨਾਂ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਜਿਸ ਵੇਲੇ ਸਿੱਖ ਰਹਿਤ ਮਰਿਆਦਾ ਬਣੀ ਅਤੇ ਉਹਦੇ ਵਿੱਚ ਉਹ 3 ਰਚਨਾਵਾਂ ਇਸ ਵਿਚਿੱਤਰ ਨਾਟਕ ਤੋਂ ਇਹਦੇ ਵਿੱਚ ਪਾਉਣ ਦੇ ਵਿੱਚ ਕਾਮਯਾਬ ਹੋ ਗਏ। ਓਕੇ, ਉਹ 3 ਰਚਨਾਵਾਂ ਜਾਪ, ਸਵਈਏ ਜੀ ਅਤੇ ਇੱਕ ਅਭਿਓਵਾਚ ਬੇਨਤੀ ਚੌਪਈ ਜੀ। ਇਸ ਤੋਂ ਇਲਾਵਾ ਉਹਨਾਂ ਦੀ ਇੱਕ ਹੋਰ ਬੜੀ ਵੱਡੀ ਕਾਮਯਾਬੀ ਸੀ ਕਿ ਜਿਹੜੀ ਸਾਡੀ ਸਟੈਂਡਰਡ ਅਰਦਾਸ ਬਣਾਈ ਗਈ ਉਹਦੇ ਵਿੱਚ ਵੀ ਪਹਿਲੀ ਪੌੜੀ ਜਿਹੜੀ ਹੈ ਇਸੇ ਦੇ ਵਿੱਚੋਂ ਵਿਚਿੱਤਰ ਨਾਟਕ ਦੇ ਵਿੱਚੋਂ ਲੈ ਲਈ ਗਈ। ਸ਼ਾਇਦ ਉਹ ਮੇਰੇ ਖਿਆਲ ਚੰਡੀ ਦੀ ਵਾਰ ਤੋਂ ਹੈਗੀ ਹੈ, ਪ੍ਰਿਥਮ ਭਗਵਤੀ। ਅਸਲ ਦੇ ਵਿੱਚ ਉਹਦਾ ਨਾਂ ਜਿਹੜਾ ਚੰਡੀ ਦੀ ਵਾਰ ਬਾਅਦ ਦੇ ਵਿੱਚ ਇਹਨਾਂ ਨੇ ਹੁਣ ਚੇਂਜ ਕਰਤਾ, ਚੰਡੀ ਦੀ ਵਾਰਾਂ 3 ਨੇ ਗੁਰੂ ਗ੍ਰੰਥ ਇਹਦੇ ਵਿੱਚ ਦਸਮ ਗ੍ਰੰਥ ਦੇ ਵਿੱਚ। ਅਸੀਂ ਉਸ 'ਤੇ ਆਵਾਂਗੇ, ਮੈਂ ਜਾਣਨਾ ਚਾਹੁੰਦਾ ਪਹਿਲੇ ਕਿ ਜਿਹੜਾ ਨਿਤਨੇਮ ਹੈਗਾ ਉਹ ਮੈਂ ਉਹ ਦੱਸਣਾ, ਉਹਦੀ ਹਿਸਟੋਰੀਕਲੀ ਕੀ ਐਵੀਡੈਂਸ, ਉਹਦਾ ਨਾਂ ਦੁਰਗਾ ਕੀ ਵਾਰ ਹੈ,
ਉਹ ਦੁਰਗਾ ਦੀ ਵਾਰ ਨੂੰ ਹੁਣ ਚੰਡੀ ਦੀ ਵਾਰ ਕਹਿ ਦਿੱਤਾ ਗਿਆ ਉਹਦੀ ਪਹਿਲੀ ਪੌੜੀ ਹੈ ਓਕੇ ਜਿਹੜਾ ਨਿਤਨੇਮ ਹੈ ਹਿਸਟੋਰੀਕਲੀ ਸਾਨੂੰ ਕੀ ਐਵੀਡੈਂਸ ਮਿਲਦਾ ਹੈ ਕਿ ਸਿੱਖਾਂ ਦਾ ਨਿਤਨੇਮ ਕੀ ਹੈ ਕਿ ਸਾਨੂੰ ਕੋਈ ਗੁਰੂ ਸਾਹਿਬ ਦੇ ਪੀਰੀਅਡ ਦੇ ਬਾਅਦ ਦਾ ਮਿਸਲਾਂ ਦੇ ਪੀਰੀਅਡ ਦੇ ਬਾਅਦ ਟਾਈਮ 'ਤੇ ਜਾਂ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ ਦੇ ਟਾਈਮ 'ਤੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਟਾਈਮ 'ਤੇ ਕੀ ਐਵੀਡੈਂਸ ਮਿਲਦਾ ਹੈ ਕਿ ਸਿੱਖ ਕਿਹੜਾ ਨਿਤਨੇਮ ਕਰਦੇ ਸੀ ਕਿ ਇਹਨਾਂ ਤਿੰਨਾਂ ਬਾਣੀਆਂ ਦਾ ਕੋਈ ਜ਼ਿਕਰ ਆਉਂਦਾ ਦੇਖੋ ਮੈਂ ਤੁਹਾਡੇ ਵਾਸਤੇ ਤਾਂ ਤੁਹਾਨੂੰ ਸਾਰਾ ਇਹਨੂੰ ਐਕਸਪਲੇਨ ਕਰ ਦਿਆਂਗਾ ਜੀ ਲੇਕਿਨ ਜੇ ਮੇਰੀ ਗੱਲ ਹੋਵੇ ਮੇਰੇ ਵਾਸਤੇ ਇੰਨਾ ਕਾਫੀ ਹੈ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਤੇਰਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ 13 ਪੰਨੇ ਜਿਹੜੇ ਨੇ ਉਹ ਨਿਤਨੇਮ ਦੇ ਨੇ ਪਹਿਲੇ 13 ਪੰਨੇ ਨਿਤਨੇਮ ਦੇ ਨੇ ਉਹਨਾਂ ਵਿੱਚ ਪਹਿਲੇ 1 ਤੋਂ 8 ਤੱਕ ਪੰਨਾ ਜਿਹੜਾ ਉਹ ਜਪ ਬਾਣੀ ਹੈ 8 ਤੋਂ 12 ਤੱਕ ਸੋਧਰ ਅਤੇ ਸੋ ਪੁਰਖ ਦੇ 9 ਸ਼ਬਦ ਨੇ 5 ਸ਼ਬਦ ਸੋਧਰ ਦੇ 4 ਸ਼ਬਦ ਸੋ ਪੁਰਖ ਦੇ ਅਤੇ ਉਹਦੇ ਬਾਅਦ 5 ਸ਼ਬਦ ਜਿਹੜੇ ਨੇ ਸੋਹਿਲਾ ਬਾਣੀ ਦੇ ਨੇ ਇਹ ਤੁਸੀਂ ਕਿਸ ਬਿਹਾਫ 'ਤੇ ਕਹਿ ਸਕਦੇ ਕਿ ਉਹ 13 ਪੇਜ ਹੀ ਨਿਤਨੇਮ ਨੇ ਹਾਂ ਬਹੁਤ ਵਧੀਆ ਸਵਾਲ ਹੈ ਤੁਹਾਡਾ ਪਹਿਲੀ ਗੱਲ ਤਾਂ ਇਹ ਕਿ ਜਿਹੜੇ 9 ਸ਼ਬਦ ਸੋਧਰ ਅਤੇ ਸੋ ਪੁਰਖ ਦੇ ਨੇ ਅਤੇ 5 ਸ਼ਬਦ ਸੋਹਿਲਾ ਬਾਣੀ ਦੇ 14 ਸ਼ਬਦ ਇਹ ਸਾਰੇ ਬਾਅਦ ਦੇ ਵਿੱਚ ਦੁਬਾਰਾ ਰਾਗਾਂ 'ਚ ਆਉਂਦੇ ਨੇ ਅਤੇ ਜੱਬੀ ਸਾਹਿਬ ਜਪਜੀ ਸਾਹਿਬ ਨਹੀਂ ਜਪਜੀ ਸਾਹਿਬ ਇੱਕ ਵਾਰੀ ਆਉਂਦਾ ਸ਼ੁਰੂ ਦੇ ਵਿੱਚ ਹੀ ਲੇਕਿਨ ਇਹ 14 ਦੇ 14 ਸ਼ਬਦ ਜਿਹੜੇ ਨੇ ਰਾਗਾਂ ਹੀ ਦੁਬਾਰਾ ਆਉਂਦੇ ਨੇ ਇਹਨਾਂ ਨੂੰ ਅਲੱਗ ਕੱਢ ਕੇ ਪਹਿਲਾਂ ਰੱਖਣ ਦੀ ਜ਼ਰੂਰਤ ਕਿਉਂ ਪਈ ਇਸ ਕਰਕੇ ਕਿਉਂਕਿ ਸਾਨੂੰ ਸਤਿਗੁਰੂ ਨੇ ਆਪ ਨਿਤਨੇਮ ਬਣਾ ਕੇ ਦਿੱਤਾ ਓਕੇ ਪਹਿਲੀ ਗੱਲ ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸਾਰੀ ਰਾਗਾਂ ਦੇ ਵਿੱਚ ਜੀ 1356 ਪੰਨੇ ਤੱਕ ਰਾਗਾਂ ਦੇ ਵਿੱਚ ਹੈ ਉਹਦੇ ਬਾਅਦ ਰਾਗਾਂ ਤੋਂ ਬਗੈਰ ਕੁਝ ਬਾਣੀਆਂ ਆਉਂਦੀਆਂ ਨੇ ਰਾਗਾਂ ਦੀ ਸ਼ੁਰੂਆਤ 14 ਪੰਨੇ ਤੋਂ ਹੋਈ ਹੈ ਓਕੇ ਸ੍ਰੀ ਰਾਗ ਪਹਿਲਾ ਰਾਗ ਹੈ ਜਿਹਦੇ ਵਿੱਚ ਪਹਿਲਾ ਸ਼ਬਦ ਹੈ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਸ਼ ਜੜਾਓ ਇਹ ਪਹਿਲਾ ਸ਼ਬਦ ਹੈ ਇਹ 14 ਪੰਨੇ 'ਤੇ ਹੈ ਮਤਲਬ ਜਿਹੜੇ ਪਹਿਲੇ 13 ਪੰਨੇ 'ਤੇ ਉੱਤੇ ਕੋਈ ਰਾਗ ਵੀ ਨਹੀਂ ਹੈ ਉਹਦੇ 'ਤੇ ਨਹੀਂ ਜਪ ਬਾਣੀ ਦੇ ਵਿੱਚ ਤਾਂ ਰਾਗ ਕੋਈ ਨਹੀਂ ਓਕੇ ਲੇਕਿਨ ਸੋਧਰ ਸੋ ਪੁਰਖ ਦੇ ਜਿਹੜੇ ਸ਼ਬਦ ਨੇ ਰਾਗਾਂ 'ਚੋਂ ਆਏ ਨੇ ਉਹਨਾਂ 'ਚ ਰਾਗ ਹੈਗੇ ਨੇ ਠੀਕ ਹੈ ਪਰ ਜਿਹੜਾ ਨਿਤਨੇਮ 'ਚ ਹੈਗਾ ਉਹਦੇ 'ਚ ਕੋਈ ਰਾਗ ਨਹੀਂ ਨਹੀਂ ਹਾਂਜੀ ਅਲੱਗ ਰਾਗ ਨਹੀਂ ਉੱਤੇ ਲਿਖਿਆ ਹੋਇਆ ਜਿਹੜੇ ਰਾਗਾਂ 'ਚੋਂ ਆਏ ਨੇ ਉਹ ਰਾਗ 'ਤੇ ਲਿਖਿਆ ਹੀ ਹੋਇਆ ਓਕੇ ਜਿਹੜੇ ਰਾਗਾਂ ਦੇ ਵਿੱਚੋਂ 9 ਸ਼ਬਦ ਆਏ ਨੇ ਜਾਂ 5 ਸ਼ਬਦ ਸੋਹਿਲਾ ਬਾਣੀ ਦੇ ਆਏ ਨੇ ਉਸ ਸ਼ਬਦ ਦੇ ਉੱਤੇ ਉਸ ਰਾਗ ਦਾ ਨਾਂ ਲਿਖਿਆ ਹੋਇਆ ਠੀਕ ਹੈ ਲੇਕਿਨ ਜਿਹੜੀ ਲੜੀਵਾਰ ਰਾਗਾਂ 'ਚ ਬਾਣੀ ਸ਼ੁਰੂ ਹੁੰਦੀ ਹੈ ਜੀ ਉਹ ਸ੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ 14 ਪੰਨੇ ਤੋਂ ਹੁੰਦੀ ਹੈ ਇੱਥੋਂ ਬਿਲਕੁਲ ਸਪਸ਼ਟ ਹੈ ਕਿ ਪਹਿਲੇ 13 ਪੰਨੇ ਸਤਿਗੁਰੂ ਨੇ ਸਾਨੂੰ ਨਿਤਨੇਮ ਦੇ ਬਣਾ ਕੇ ਦਿੱਤੇ ਨੇ ਔਰ ਇਹ ਜਿਹੜਾ ਨਿਤਨੇਮ ਹੈ ਇਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪ੍ਰਵਾਨਗੀ ਹੈ ਜੀ ਜਿਸ ਵੇਲੇ ਇਸ ਸਰੂਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਨੂੰ ਗੁਰਗੱਦੀ ਦਿੱਤੀ ਅਤੇ ਐਜ਼ ਇਟ ਇਜ਼ ਦਿੱਤੀ ਹੈ ਨਾ ਜੀ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਹੁੰਦੇ ਕਿ ਨਿਤਨੇਮ ਦੇ ਵਿੱਚ ਕੁਝ ਵਾਧ ਘਾਟ ਕਰਨੀ ਹੈ ਜੀ ਤਾਂ ਕਰ ਸਕਦੇ ਸਨ ਸਮਰੱਥ ਸਨ ਉਹਨਾਂ ਨੇ ਆਪ ਦਮਦਮਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਾਈ ਹੈ ਬਿਲਕੁਲ ਉੱਥੇ ਨਿਤਨੇਮ ਦੇ ਵਿੱਚ ਆਪਣੀਆਂ ਬਾਣੀਆਂ ਵੀ ਪਾ ਸਕਦੇ ਸਨ ਜੇ ਉਹਨਾਂ ਦੀ ਕੋਈ ਹੁੰਦੀਆਂ ਜੇ ਉਹਨਾਂ ਦੇ ਬਾਣੀਆਂ ਹੁੰਦੀਆਂ ਤਾਂ ਉਹ ਪਾ ਦਿੰਦੇ ਉੱਥੇ ਉਹਦਾ ਕੋਈ ਕਾਰਨ ਨਹੀਂ ਸੀ ਕਿ ਨਾ ਪਾਉਂਦੇ ਲੇਕਿਨ ਉਹਨਾਂ ਨੇ ਐਜ਼ ਇਟ ਇਜ਼ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਇਸੇ ਰੂਪ ਦੇ ਵਿੱਚ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪ੍ਰਵਾਨਗੀ ਉਹਨਾਂ 13 ਪੰਨਿਆਂ ਦੀ ਹੈ ਨਿਤਨੇਮ ਦੀ ਔਰ ਸਿੱਖ ਨੂੰ ਉਹ ਹੀ ਕਰਨੇ ਚਾਹੀਦੇ ਨੇ ਪਰ ਜਿਹੜੇ ਅੱਜ ਉਸ ਦਸਮ ਗ੍ਰੰਥ ਦੀ ਜਿਹੜੀਆਂ ਰਚਨਾਵਾਂ ਨੂੰ ਸਪੋਰਟ ਕਰਦੇ ਨੇ ਉਹ ਕਹਿੰਦੇ ਨੇ ਜੇ ਸਿੱਖ ਦਾ ਅੰਮ੍ਰਿਤ ਹੀ ਸਿੱਖ ਤੋਂ ਚਲਾ ਗਿਆ ਅੰਮ੍ਰਿਤ ਦੀਆਂ ਬਾਣੀਆਂ ਚਲੇ ਗਈਆਂ ਤਾਂ ਵੀ ਖੰਡੇ ਬਾਟੇ ਦੀ ਪੋਲ ਕਿਵੇਂ ਸੰਪੂਰਨ ਹੋਵੇਗੀ ਪਹਿਲਾ ਸਵਾਲ ਦੂਜਾ ਅਤੇ ਜਿਹੜਾ ਕੀ ਹਿਸਟੋਰੀਕਲ ਐਵੀਡੈਂਸ ਮਿਲਦੇ ਨੇ ਕਿ ਇਹ ਜਿਹੜੀਆਂ ਅਸੀਂ ਹੁਣ ਰਚਨਾਵਾਂ ਪੜ੍ਹ ਰਹੇ ਹਾਂ ਇਹ ਪਹਿਲੇ ਵੀ ਪੜ੍ਹੀਆਂ ਗਈਆਂ ਜਸਨੀਤ ਸਿੰਘ ਜੀ ਇਸ ਤਰ੍ਹਾਂ ਹੈ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਨਾ ਇਹਦੀ ਹੋਂਦ ਹੀ ਨਹੀਂ ਸੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਯਾਤੀ ਦੇ ਵਿੱਚ ਸਨ ਜਿਸ ਵੇਲੇ ਉਹਨਾਂ ਨੇ ਪਾਹੁਲ ਚੁਕਾਈ ਇਸ ਕਿਤਾਬ ਦੀ ਹੋਂਦ ਜਿਹੜੀ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਾਣ ਤੋਂ ਤਕਰੀਬਨ 65-70 ਸਾਲ ਦੇ ਬਾਅਦ ਹੋਂਦ ਦੇ ਵਿੱਚ ਆਇਆ ਹੈ ਔਰ ਇਹਨੂੰ ਸਭ ਤੋਂ ਜ਼ਿਆਦਾ ਜਿਹੜਾ ਪ੍ਰਮੋਟ ਕੀਤਾ ਉਹ ਅੰਗਰੇਜ਼ਾਂ ਨੇ ਕੀਤਾ ਜਿਸ ਚੀਜ਼ ਦੀ ਹੋਂਦ ਹੀ ਨਹੀਂ ਸੀ ਕਹਿਣਾ ਕਿ ਉਹਦੇ ਵਿੱਚੋਂ ਬਾਣੀਆਂ ਪੜ੍ਹੀਆਂ ਗਈਆਂ ਇਹ ਇੱਕ ਮਜ਼ਾਕ ਵਾਲੀ ਗੱਲ ਲੱਗਦੀ ਹੈ ਹੁਣ ਜੇ ਆਪਾਂ ਜਿਹੜੀ ਤੁਸੀਂ ਮੇਰੀ ਕਿਤਾਬ ਦੀ ਗੱਲ ਕਰ ਰਹੇ ਸੀ ਪਾਹੁਲ ਇੱਕ ਦੂਤੀ ਬਖਸ਼ਿਸ਼ ਉਹਦੇ ਵਿੱਚ ਪਾਹੁਲ ਦੀਆਂ ਬਾਣੀਆਂ ਦਾ ਮੈਂ ਅਲੱਗ ਵੇਰਵਾ ਦਿੱਤਾ ਉਹਦੇ ਵਿੱਚ 12 ਪ੍ਰਮਾਣ ਮੈਂ ਦਿੱਤੇ ਨੇ ਓਕੇ ਉਹ 12 ਇੱਕ ਦੇ ਨਾਲ ਇੱਕ ਨਹੀਂ ਮਿਲਦਾ ਜਿਵੇਂ ਕਿ ਹੁਣ ਸੈਨਾਪਤੀ ਜਿਹੜਾ ਉਹ ਲਿਖਦਾ ਕਿ ਜਪ ਬਾਣੀ ਤੇ ਆਨੰਦ ਸਾਹਿਬ ਪੜਿਆ ਗਿਆ ਸਿਰਫ ਓਕੇ ਜਿਹੜਾ ਕੰਟੈਂਪਰੇਰੀ ਹੈ ਉਸ ਸਮੇਂ ਦਾ ਹਾਂਜੀ ਸਮਕਾਲੀ ਹੈ ਹਾਂਜੀ ਠੀਕ ਹੈ ਇਸ ਤਰ੍ਹਾਂ ਕੁਝ ਐਸੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਵੀ ਨਹੀਂ ਲਿਖੀ ਜਿਨ੍ਹਾਂ ਨੇ ਕਿਹਾ ਸਿਰਫ ਚੰਡੀ ਦੀ ਵਾਰ ਪੜ੍ਹੀ ਓਕੇ 13 ਦੇ 12 ਆਪਸ ਦੇ ਵਿੱਚ ਮੇਲ ਨਹੀਂ ਖਾਂਦਾ
एक भी ऐसा प्रमाण नहीं जिहड़ा यह कहिंदा होवे कि यह पंज बाणियां पढ़िया गई जिहड़ियां अज कही जा रही हैं किस गल दे उते तुसीं विश्वास कर लोगे कॉमन फैक्टर की सीगा ना सारे विच कि जिहड़ी यह चीज़ ते हर जगह हर किसी ने जब बाणी तकरीबन हर जगह दे उते है सिर्फ दो प्रमाण ने जिथे एक ओ लिखिया कि सिर्फ चंडी दी वार पढ़ी जी उथे नहीं जब बाणी दा जिक्र दो दे जगह दो जगह विच हाँ जी बाकी सारिया दे विच जब बाणी हर एक दे विच है ठीक है आनंद साहब भी सारिया दे विच नहीं छे दे विच आनंद साहब दा जिक्र बाय फार ठीक है छे दे विच आनंद साहब दा जिक्र है लेकिन बाकियां दे विच नहीं हुण 50% जिहड़ा एविडेंस विच जपजी साहब ते आनंद साहब दा बिल्कुल ते 10 दे विच जपजी साहब ते 2 दे विच सिर्फ चंडी दी वार दो दे विच चंडी दी वार दो दे विच है एग्जैक्टली एक दे विच ते सिर्फ चंडी दी वार है ओके एक दे विच होर भी बाणियां दे नाल नाल चंडी दी वार है ओके एक प्रमाण ऐसा भी है वो नितनेम दी बाणियां बारे है कि सिख रोज़ पंज जपजी साहब दे पाठ करे पंज जाप दे करे पंज सवैयां दे करे पंज चंडी दी वार दे करे एक ऐसा भी प्रमाण है वो नितनेम दी बाणियां दे विच पौल दी बाणियां दे विच नहीं एक हुण इन्हां ने 2016 दे विच किताब छपी जी रंगरेटियां दा इतिहास जी ਉਹਦੇ ਵਿੱਚ ਭਾਈ ਜੀਵਨ ਸਿੰਘ ਰੰਗਰੇਟਾ ਦੇ ਨਾਂ ਦੇ ਉੱਤੇ ਇੱਕ ਚੈਪਟਰ ਲਿਖਿਆ ਹੋਇਆ ਜੀ ਉਹਦੇ ਵਿੱਚ ਇਹ ਪੰਜ ਬਾਣੀਆਂ ਦਾ ਜ਼ਿਕਰ ਕਰ ਦਿੱਤਾ ਗਿਆ ਉਹ ਕਿਹੜੇ ਸੰਚ 2016 ਚ ਛਪੀ ਹੈ ਤੇ ਉਹਨੇ ਰੈਫਰੈਂਸ ਕਿਹੜੇ ਟਾਈਮ ਦਾ ਦਿੱਤਾ ਉਹਨੇ ਰੈਫਰੈਂਸ ਤੇ ਦਿੱਤਾ ਕਿ ਉਹਨਾਂ ਦੀ ਲਿਖੀ ਹੋਈ ਸੀ ਤੇ ਸਾਨੂੰ ਬਾਅਦ ਦੇ ਵਿੱਚ ਮਿਲੀ ਉਹਦੀ ਬੜੀ ਉਹਨੇ ਸਟੋਰੀ ਬਣਾਈ ਹੈ ਹੁਣ ਉਸ ਕਿਤਾਬ ਨੂੰ ਜੇ ਤੁਸੀਂ ਪੜ੍ਹੋ ਤਾਂ ਮੁੱਖ ਬੰਦ ਪੜ੍ਹੋ ਨਾ ਤੁਸੀਂ ਜੀ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹਦਾ ਰਾਈਟਰ ਸਾਰਾ ਝੂਠ ਬੋਲ ਰਿਹਾ ਉਹ ਇਹ ਜਿਹੜਾ ਚੈਪਟਰ ਹੈ ਉਸ ਤੋਂ ਪਹਿਲਾਂ ਉਹਨੇ ਕੁਝ ਆਪਣੀਆਂ ਲਿਖੀਆਂ ਮੁੱਖ ਬੰਦ ਨਹੀਂ ਇਸ ਚੈਪਟਰ ਤੋਂ ਪਹਿਲਾਂ ਉਹਦੇ ਵਿੱਚ ਉਹ ਲਿਖਦਾ ਹੈ ਕਿ ਇਹ ਕਿਤਾਬ ਫਲਾਣੀ ਜਗ੍ਹਾ 'ਤੇ ਮੈਨੂੰ ਕਿਸੇ ਨੇ ਦਿਖਾਈ ਉਹਦੇ ਬਾਅਦ ਗੁੰਮ ਗਈ ਮੈਨੂੰ ਨਹੀਂ ਮਿਲੀ ਮੈਂ ਬੜੀ ਕੋਸ਼ਿਸ਼ ਕੀਤੀ ਮੈਂ ਨਹੀਂ ਲੱਭ ਸਕਿਆ ਫਿਰ ਮੈਂ ਜਦੋਂ ਇਹ ਕਿਤਾਬ ਲਿਖਣ ਦਾ ਮਨ ਬਣਾਇਆ ਅਤੇ ਮੈਂ ਉਸੇ ਬੰਦੇ ਕੋਲ ਗਿਆ ਜਿਹਨੇ ਪਹਿਲਾਂ ਮੈਨੂੰ ਦਿਖਾਈ ਸੀ ਅਤੇ ਉਹਦੇ ਕੋਲੋਂ ਮੈਨੂੰ ਮਿਲ ਗਈ ਇਹ ਗੁੰਮ ਗਈ ਫਿਰ ਮਿਲ ਗਈ ਹੁਣ ਇਹ ਜਿਹੜਾ ਲੇਖਕ ਹੈ ਜੀ ਜਿਹਦਾ ਨਾਂ ਜੀਵਨ ਸਿੰਘ ਰੰਗਰੇਟਾ ਜੀ ਦੇ ਨਾਲ ਮਿਲਾ ਕੇ ਅਤੇ ਇਹਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਇਹਦੇ ਵਿੱਚ ਹੀ ਲਿਖਦਾ ਪੰਗਾਣੀ ਦਾ ਯੁੱਧ ਜਿਹੜਾ ਹੈ ਉਹ ਬਾਅਦ ਦੇ ਵਿੱਚ ਹੋਇਆ ਅਤੇ ਪਾਹੁਲ ਪਹਿਲਾਂ ਚੁਕਾਈ ਗਈ ਪੰਗਾਣੀ ਦਾ ਯੁੱਧ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਉਂਟਾ ਸਾਹਿਬ ਸਨ ਉਸ ਵੇਲੇ ਹੋਇਆ ਪਾਹੁਲ ਚੁਕਾਈ ਗਈ ਅਨੰਦਪੁਰ ਸਾਹਿਬ ਆ ਕੇ ਪਾਹੁਲ ਚੁਕਾਈ ਗਈ 1669 ਦੇ ਵਿੱਚ 1699 ਦੇ ਵਿੱਚ ਅਤੇ ਪੰਗਾਣੀ ਦਾ ਯੁੱਧ ਹੋਇਆ 1600 ਸਤਿਗੁਰੂ 1666 ਦੇ ਵਿੱਚ ਜਨਮ ਹੋਇਆ 9 ਸਾਲ ਦੀ ਉਮਰ 'ਚ ਇੱਥੇ ਆਏ ਨੇ ਆਨੰਦਪੁਰ ਸਾਹਿਬ ਅਤੇ 11 ਸਾਲ ਦੀ ਉਮਰ ਦੇ ਵਿੱਚ ਉੱਥੇ ਚਲੇ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸੋ ਤੁਸੀਂ ਇੱਕ ਅੰਦਾਜ਼ੇ ਨਾਲ 75 ਦੇ ਨੇੜੇ ਜਿਹੜਾ ਪੰਗਾਣੀ ਦਾ ਯੁੱਧ ਹੋਇਆ 99 ਦੇ ਵਿੱਚ ਪਾਹੁਲ ਛਕਾਈ ਗਈ ਉਹ ਲਿਖਦਾ ਹੈ ਕਿ ਪਹਿਲਾਂ ਪੰਗਾਣੀ ਦਾ ਹੋਇਆ ਨਹੀਂ ਪਹਿਲਾਂ ਪਾਹੁਲ ਛਕਾਈ ਗਈ ਪੰਗਾਣੀ ਦਾ ਯੁੱਧ ਬਾਅਦ 'ਚ ਹੋਇਆ ਹੁਣ ਤੁਸੀਂ ਉਹਦੀ ਕਿਸ ਗੱਲ 'ਤੇ ਵਿਸ਼ਵਾਸ ਕਰ ਲਓਗੇ ਜਿਸ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਉਸ ਗੱਲ ਦੀ ਕਿਸ ਗੱਲ ਦੇ ਉੱਤੇ ਵਿਸ਼ਵਾਸ ਕਰ ਲਓਗੇ ਇਹ ਬਿਲਕੁਲ ਪਲਾਂਟਿਡ ਹੈ 2016 ਤੋਂ ਕਿਤਾਬ ਛਾਪੀ ਗਈ ਹੈ ਸੈਲਫ ਕੌਂਟਰਾਡਿਕਟਰੀ ਔਰ 2016 ਤੋਂ ਕਿਤਾਬ ਛਾਪੀ ਗਈ ਪਰਪਸਲੀ ਛਾਪੀ ਗਈ ਹੈ ਕਿਉਂਕਿ ਇੱਕ ਵੀ ਪ੍ਰਮਾਣ ਨਹੀਂ ਮਿਲਦਾ ਵੀ ਇਹ ਪੰਜ ਬਾਣੀਆਂ ਨੇ ਤਾਂ ਉਹਨੂੰ ਜਸਟੀਫਾਈ ਕਰਨ ਲਈ ਕਿਤਾਬ ਲੈ ਆਉਂਦੀ ਗਈ ਹੁਣ ਜੇ ਅਸੀਂ ਉਸ ਕਿਤਾਬ ਨੂੰ ਮੰਨੀਏ ਜੇ ਉਹਨੂੰ ਮੰਨੀਏ ਅਤੇ ਭਾਈ ਦਇਆ ਸਿੰਘ ਅਤੇ ਅੰਦਰ ਸਨ ਜਿਨ੍ਹਾਂ ਨੂੰ ਪਾਹੁਲ ਛਕਾਈ ਗਈ ਉਹ ਝੂਠ ਬੋਲਦੇ ਨੇ ਕਿ ਇਹ ਝੂਠ ਬੋਲਦਾ ਜਿਹੜਾ ਬੰਦਾ ਅੰਦਰ ਨਹੀਂ ਸੀ ਕਿਉਂਕਿ ਭਾਈ ਦਇਆ ਸਿੰਘ ਤੋਂ ਲਿਖਦੇ ਨਹੀਂ ਉਹ ਪੰਜ ਬਾਣੀਆਂ ਠੀਕ ਹੈ ਸਰ ਇਹ ਜਿਹੜਾ ਅਰਦਾਸ ਦੇ ਵਿੱਚ ਜਿਹੜਾ ਅਸੀਂ ਪੜ੍ਹਦੇ ਹਾਂ ਪ੍ਰਿਤਮ ਭਗਵਤੀ ਸਿਮਰ ਕਹਿ ਜੀ ਇਹ ਕਦੋਂ ਵੀ ਮੌਜੂਦ 'ਚ ਆਇਆ ਨਹੀਂ ਇਹ ਤਾਂ ਜਿਸ ਵੇਲੇ ਨਿਤਨੇਮ ਦੀਆਂ ਬਾਣੀਆਂ ਅਤੇ ਪਾਹੁਲ ਦੀਆਂ ਬਾਣੀਆਂ ਦੇ ਵਿੱਚ ਇਹ ਕੀਤਾ ਗਿਆ ਜੀ ਰਹਿਤ ਮਰਿਆਦਾ ਬਣਦੇ ਉਦੋਂ ਹੀ ਅਰਦਾਸ ਦੇ ਵਿੱਚ ਇਹ ਪੌੜੀ ਵੀ ਜਿਹੜੀ ਹੈ ਜੋੜੀ ਗਈ ਹੁਣ ਇਹ ਜਿਹੜੀ ਹੋਣੀ ਚਾਹੀਦੀ ਸਰ ਪਹਿਲਾਂ ਤਾਂ ਇਹ ਹੈ ਵੀ ਇਹਦੀ ਕੀ ਸੱਚਾਈ ਹੈ ਓਕੇ ਬੈਕਗਰਾਊਂਡ ਇਹਦੀ ਕੀ ਬੈਕਗਰਾਊਂਡ ਹੈ ਇਹ ਰਚਨਾ ਜਿਹੜੀ ਹੈ 55 ਪੌੜੀਆਂ ਦੀ ਰਚਨਾ ਓਕੇ ਇਹਦਾ ਨਾਮ ਪਹਿਲਾਂ ਦੁਰਗਾ ਕੀ ਵਾਰ ਸੀ ਜਿਹੜਾ ਹੁਣ ਬਾਅਦ ਦੇ ਵਿੱਚ ਚੰਡੀ ਕੀ ਵਾਰ ਕਰ ਦਿੱਤਾ ਗਿਆ ਦੁਰਗਾ ਕੀ ਵਾਰ ਸੀ ਉਹਦਾ ਵੀ ਪ੍ਰਮਾਣ ਹੈ ਬਾਣੀ ਇਹਦੇ ਆਪਣੇ ਵਿੱਚੋਂ ਪ੍ਰਮਾਣ ਹੈ ਇਹਦੀ 55 ਪੌੜੀ ਦੇ ਵਿੱਚ ਇਹਦਾ ਲੇਖਕ ਜਿਹੜਾ ਵੀ ਕੋਈ ਹੈ ਇਹਨਾਂ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਕਿ ਹੋ ਨਹੀਂ ਸਕਦੇ ਇਹਦਾ ਲੇਖਕ ਲਿਖਦਾ ਹੈ ਕਿ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫਿਰ ਨਾ ਜੂਨੀ ਆਇਆ ਜਿਨੇ ਗਾਇਆ ਇਹ ਸਾਰੀਆਂ 55 ਪੌੜੀਆਂ ਮੈਂ ਦੁਰਗਾ ਦੇਵੀ ਦੀ ਉਸਤਤ 'ਚ ਬਣਾਈਆਂ ਨੇ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਇਹ ਉਹਦਾ ਵਿਸ਼ਵਾਸ ਹੈ ਕਿ ਫਿਰ ਨਾ ਜੂਨੀ ਆਇਆ ਜਿਹਨੇ ਗਾਇਆ ਪਤਾ ਨਹੀਂ ਕਿੰਨਿਆਂ ਨੇ ਗਾ ਛੱਡੀ ਹੈ
ਤੇ ਭਟਕਦੇ ਵੀ ਫਿਰਦੇ ਨੇ ਇਹ ਉਹਦਾ ਵਿਸ਼ਵਾਸ ਹੈ ਹੁਣ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਉਹਦੀ ਪਹਿਲੀ ਪੌੜੀ ਹੈ ਔਰ ਪ੍ਰਥਮ ਭਗਵਤੀ ਸਿਮਰ ਕੇ ਇਹ ਦੁਰਗਾ ਦੇ ਵਾਸਤੇ ਆਉਂਦਾ ਲਫ਼ਜ਼ ਔਰ ਰੋਜ਼ ਅਸੀਂ ਦੁਰਗਾ ਨੂੰ ਸਿਮਰ ਰਹੇ ਹਾਂ ਭਗਵਤੀ ਨੂੰ ਸਿਮਰ ਰਹੇ ਹਾਂ ਰੋਜ਼ ਹੁਣ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਇਹ ਤਾਂ ਪਰਮਾਤਮਾ ਦਾ ਨਾਂ ਹੈ ਜੀ ਹੁਣ ਭਗਵਤੀ ਲਫ਼ਜ਼ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ ਉਹ ਸਿੱਖ ਦੇ ਵਾਸਤੇ ਆਉਂਦਾ ਭਗਵਤੀ ਭਗਵੰਤ ਭਗਤ ਕੋ ਰੰਗ ਉਹ ਭਗਵਤੀ ਹੈ ਜਿਹਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ ਪਰ ਜਿਹੜੇ ਇਹਨੂੰ ਸਪੋਰਟ ਕਰਦੇ ਉਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਕਈ ਲਫ਼ਜ਼ ਆਏ ਨੇ ਪਰ ਜਿਹੜੇ ਲਫ਼ਜ਼ ਬਾਕੀ ਪਹਿਲੇ ਦੇਵੀ ਦੇਵਤਾਵਾਂ 'ਚ ਯੂਜ਼ ਹੁੰਦੇ ਸੀਗੇ ਪਰ ਉਹ ਅਕਾਲ ਪੁਰਖ ਲਈ ਆਏ ਆ ਫੋਰ ਐਗਜ਼ਾਮਪਲ ਰਾਮ ਰਾਮ ਰਮਿਆ ਲਈ ਯੂਜ਼ ਹੋਇਆ ਗਿਆ ਜੀ ਅਤੇ ਉਹ ਕਹਿੰਦੇ ਨੇ ਉਵੇਂ ਹੀ ਜਿਹੜਾ ਭਗਵਤੀ ਹੈਗਾ ਇਹ ਅਕਾਲ ਪੁਰਖ ਲਈ ਯੂਜ਼ ਕੀਤਾ ਗਿਆ ਦੇਵੀ ਲਈ ਯੂਜ਼ ਨਹੀਂ ਕੀਤਾ ਨਹੀਂ ਉਹ ਤਾਂ ਹੁਣ ਜਿਸੇ ਇੱਕ ਸਾਡੀ ਸ਼ਰਧਾ ਬਣੀ ਹੋਈ ਹੈ ਜੀ ਅਤੇ ਅਸੀਂ ਉਹਨੂੰ ਜਸਟੀਫਾਈ ਕਰਨਾ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਤਿੰਨ ਚਾਰ ਵਾਰੀ ਭਗਵਤੀ ਲਫ਼ਜ਼ ਆਇਆ ਜੀ ਇੱਕ ਭਗਤੀ ਕਰਨ ਵਾਲੇ ਸਿੱਖ ਦੇ ਵਾਸਤੇ ਆਇਆ ਜਿਹੜਾ ਪਰਮਾਤਮਾ ਦੀ ਭਗਤੀ ਜੁੜਿਆ ਹੋਇਆ ਓਕੇ ਮਤਲਬ ਉਹਦੀ ਪਲੇਸਮੈਂਟ ਅਲੱਗ ਹੈ ਬਿਲਕੁਲ ਕੋਈ ਉਹਦਾ ਲਿੰਕ ਹੀ ਨਹੀਂ ਬਣਦਾ ਕਿਸੇ ਤਰ੍ਹਾਂ ਦਾ ਵੀ ਨਹੀਂ ਬਣਦਾ ਫਿਰ ਉੱਥੇ ਭਗਵਤੀ ਜਿਹੜਾ ਭੱਬਾ ਗੱਗਾ ਊੜਾ ਊੜੇ ਦੇ ਥੱਲੇ ਔਂਕੜ ਤੱਤੇ ਨੂੰ ਸਿਆਰੀ ਇਹ ਭਗਵਤੀ ਹੈ ਉੱਥੇ ਭਗਵਤੀ ਜਿਹੜਾ ਗੱਗੇ ਦੇ ਉੱਤੇ ਦੁਲੈਂਕੜ ਦੇ ਨਾਲ ਹੈ ਉਹ ਦੁਲੈਂਕੜ ਦੇ ਨਾਲ ਹੈ ਉਹਦਾ ਕੋਈ ਲਿੰਕ ਨਹੀਂ ਬਿਲਕੁਲ ਬਣਦਾ ਅਲੱਗ ਲਫ਼ਜ਼ ਹੈ ਬਿਲਕੁਲ ਜਾਂ ਫਿਰ ਅਸੀਂ ਉਹਨੂੰ ਜ਼ਬਰਦਸਤੀ ਕੋਸ਼ਿਸ਼ ਕਰਦੇ ਹਾਂ ਪੇਸ਼ ਕਰਨ ਦੀ ਕਿ ਜੀ ਇਹ ਕਿਰਪਾਨ ਹੈ ਸ਼੍ਰੀ ਸਾਹਿਬ ਹੈ ਭਗਵ ਸਿੱਖ ਜਿਹੜਾ ਹੈ ਉਹ ਕਰਤੇ ਦਾ ਪੁਜਾਰੀ ਹੈ ਕਿਰਤ ਦਾ ਨਹੀਂ ਕਿਰਪਾਨ ਕਿਰਤ ਹੈ ਕਿਰਪਾਨ ਜਿਹੜੀ ਹੈ ਇਹਦੀ ਪੂਜਾ ਸਿੱਖ ਨਹੀਂ ਕਰ ਸਕਦਾ ਸਿੱਖ ਸ਼ਸਤਰਧਾਰੀ ਹੈ ਸ਼ਸਤਰ ਪੂਜਕ ਨਹੀਂ ਸਿੱਖ ਨੂੰ ਸ਼ਸਤਰਧਾਰੀ ਬਣਾਇਆ ਇਹ ਸਭ ਤੋਂ ਵੱਡਾ ਫਰਕ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਪਹਿਲਾਂ ਜਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਸ਼ਸਤਰਾਂ ਦੀ ਪੂਜਾ ਕੀਤੀ ਜਾ ਰਹੀ ਸੀ ਓਕੇ ਜਿਸ ਤੋਂ ਹਟਾ ਕੇ ਸਤਿਗੁਰੂ ਨੇ ਕਿਹਾ ਕਿ ਸਿਰਫ ਇੱਕ ਅਕਾਲ ਪੁਰਖ ਦੀ ਪੂਜਾ ਕਰੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅੰਤਿਮ ਆਦੇਸ਼ ਕੀ ਹੈ ਸਿੱਖ ਨੂੰ ਜਾਂ ਮਨੁੱਖੀ ਸਮਾਜ ਨੂੰ ਮੈਂ ਕਹਿ ਲਵਾਂ ਗੁਰਗੱਦੀ ਦਿੱਤੀ ਉਹਦੇ ਵਾਸਤੇ ਇਹ ਕਿਹਾ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਲੇਕਿਨ ਆਖਰੀ ਸਮੇਂ ਦੇ ਉੱਤੇ ਜਿਸ ਵੇਲੇ ਸਿੱਖਾਂ ਨੇ ਪੁੱਛਿਆ ਕਿ ਸਤਿਗੁਰੂ ਸਾਨੂੰ ਕਿਤੇ ਲੜ ਲਾ ਚੱਲਿਓ ਕਿ ਅਸੀਂ ਕੀ ਕਰੀਏ ਕਿਹਦੀ ਪੂਜਾ ਕਰੀਏ ਅਤੇ ਉਸ ਵੇਲੇ ਸਤਿਗੁਰੂ ਨੇ ਤਿੰਨ ਲਫ਼ਜ਼ ਕਹੇ ਸੀ ਪੂਜਾ ਅਕਾਲ ਕੀ ਪੂਜਾ ਸ਼ਬਦ ਕਾ ਦੀਦਾਰ ਖਾਲਸੇ ਕਾ ਸਿੱਖ ਭਲਾ ਸਰਬੱਤ ਦਾ ਮੰਗੇ ਇਹ ਲਫ਼ਜ਼ ਕਿਹਾ ਕਿ ਸਤਿਗੁਰੂ ਨੇ ਆਪਣੇ ਸਵਾਸ ਦਿੱਤੇ ਸਨ ਪੂਜਾ ਅਕਾਲ ਕੀ ਸਿਰਫ ਅਕਾਲ ਨੂੰ ਪੂਜਣਾ ਜੇ ਅਕਾਲ ਦੀ ਕੀਤੀ ਬਣਾਈ ਹੋਈ ਚੀਜ਼ ਨੂੰ ਪੂਜਣ ਲੱਗ ਪਏ ਤਾਂ ਸਾਰਾ ਕੰਸੈਪਟ ਹੀ ਗਲਤ ਹੋ ਗਿਆ ਪਰ ਜਿਹੜੇ ਇਹਦੇ ਸਪੋਰਟਰ ਨੇ ਜਿਹੜੇ ਸਕਾਲਰ ਹੈਗੇ ਨੇ ਉਹ ਕਹਿੰਦੇ ਨੇ ਅਕਾਲ ਪੁਰਖ ਜਦੋਂ ਦੁਨੀਆ 'ਚ ਵਿਚਰਦਾ ਤਾਂ ਉਹ ਅਕਾਲ ਪੁਰਖ ਹੁੰਦਾ ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਮਾਨਵਤਾ ਦਾ ਗ੍ਰੰਥ ਹੈ ਅਤੇ ਜਿਹੜਾ ਦਸਮ ਗ੍ਰੰਥ ਹੈ ਇਹ ਸਿੱਖਾਂ ਦਾ ਗ੍ਰੰਥ ਹੈ ਵਾਹ ਕੀ ਲਾਜਵਾਬ ਮੈਂ ਨਾਂ ਲੈਣਾ ਚਾਹਾਂਗਾ ਡਾਕਟਰ ਭਜਨ ਸਿੰਘ ਨਾਂ ਹੈ ਉਹਨਾਂ ਦਾ ਹਾਂਜੀ ਵੈਸੇ ਤਾਂ ਹੀ ਰਨਸ ਆਲ ਓਵਰ ਦਾ ਮੈਪ ਸਮਟਾਈਮ ਜਿਹੜੀ ਉਹਨਾਂ ਦੀ ਸਟੇਟਮੈਂਟਸ ਹੁੰਦੀਆਂ ਨੇ ਉਹ ਬੜੀ ਹਿਲੇਰੀਅਸ ਹੁੰਦੀਆਂ ਨੇ ਐਂਡ ਆਊਟਪੁੱਟ ਕੁਛ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹਿਲੇਰੀਅਸ ਹੀ ਹੈ ਨਾ ਜੀ ਇੱਕ ਕਿਤਾਬ ਨੂੰ ਤੁਸੀਂ ਸਿੱਖ ਕੌਮ ਦੇ ਵਿੱਚ ਜਸਟੀਫਾਈ ਕਰਾਉਣ ਦੇ ਵਾਸਤੇ ਪਹਿਲਾਂ ਤਾਂ ਸਿੱਖ ਨਾਲ ਉਹਦਾ ਨਾਤਾ ਤੋੜਦਾ ਸਿੱਖ ਉਹ ਖੋਣ ਦੀ ਕੋਸ਼ਿਸ਼ ਹੋ ਰਹੀ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਵੀ ਉਹ ਕਹਿੰਦੇ ਨੇ ਸੋਰੀ ਟੂ ਇੰਟਰਪਟ ਯੂ ਕਿ ਗੁਰੂ ਨਾਨਕ ਸਾਹਿਬ ਸਾਡੇ ਨਾਲ ਗੁਰੂ ਦੀ ਤਰ੍ਹਾਂ ਵਿਚਰ ਰਹੇ ਨੇ ਪਰ ਦਸਵੇਂ ਗੁਰੂ ਤੱਕ ਆਉਂਦੇ ਆਉਂਦੇ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਦੋਸਤ ਦੀ ਤਰ੍ਹਾਂ ਵਿਚਰ ਰਹੇ ਨੇ ਪਰ ਇੱਕ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਰੇ ਗੁਰੂਆਂ ਦੀ ਜੋਤ ਇੱਕੋ ਹੈ ਇਹ ਬਾਣੀ ਇੱਕ ਗੁਰ ਇਹ ਸਵਾਲ ਤੁਹਾਨੂੰ ਹਰਭਜਨ ਸਿੰਘ ਹੋਰਾਂ ਨੂੰ ਕਰਨਾ ਚਾਹੀਦਾ ਨਾ ਜੀ ਵੀ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਤਾ ਜੀ ਅਤੇ ਬਲਵੰਡ ਜੀ ਦੀ ਵਾਰ ਹੈ ਰਾਮਕਲੀ ਰਾਗ ਦੇ ਵਿੱਚ ਜਿਹਨੂੰ ਤੁਸੀਂ ਕਹਿੰਦੇ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਕੀ ਉਹਦੇ ਵਿੱਚ ਭਾਈ ਬਲਵੰਡ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਉਹੀ ਜੋਤ ਹੈ ਨਾਨਕ ਜੋਤ ਹੈ ਜੁਗਤ ਵੀ ਉਹੀ ਹੈ ਸਿਧਾਂਤ ਵੀ ਨਹੀਂ ਬਦਲਿਆ ਕੋਈ ਸਿਧਾਂਤ ਵੀ ਨਹੀਂ ਬਦਲਿਆ ਸਿਰਫ ਕੀ ਬਦਲਿਆ ਸਰੀਰ ਬਦਲਿਆ ਸਹਿ ਕਾਇਆ ਫੇਰ ਪਲਟੀਏ ਸਿਰਫ ਸਰੀਰ ਪਲਟ ਰਿਹਾ ਅਤੇ ਉੱਥੇ ਅਸੀਂ ਕਹਿ ਦਈਏ ਵੀ ਗੁਰੂ ਨਾਨਕ ਪਾਤਸ਼ਾਹ ਦਾ ਹੋਰ ਸੋਚ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹੋਰ ਸੋਚ ਸੀ ਸਾਰਾ ਗੁਰਬਾਣੀ ਦਾ ਕੰਸੈਪਟ ਹੀ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪਣੀ ਗੱਲ ਨੂੰ ਸਿਰਫ ਜਸਟੀਫਾਈ ਕਰਨ ਲਈ ਤੁਸੀਂ ਜਿਹੜੀ ਗੱਲ ਕੀਤੀ ਸੀ ਮੈਨੂੰ ਬੜੀ ਉਹ ਪਿੰਚ ਕੀਤੀ ਹੈ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਮਨੁੱਖਤਾ ਦੇ ਵਾਸਤੇ ਹੈ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਹੈ ਜੀ ਲੇਕਿਨ ਉਹਦਾ ਅਲੰਬਰਦਾਰ ਸਿੱਖ ਹੈ ਉਹਦਾ ਪਹਿਰੇਦਾਰ ਸਿੱਖ ਹੈ ਉਹਦਾ ਰਾਖਾ ਸਿੱਖ ਹੈ ਉਹਦਾ ਪ੍ਰਚਾਰਕ ਸਿੱਖ ਹੈ ਉਹਨੂੰ ਸਿੱਖ ਕੋਲੋਂ ਖੋਇਆ ਨਹੀਂ ਜਾ ਸਕਦਾ ਇਸ ਨਾਂ ਦੇ ਉੱਤੇ ਕਿ ਮਨੁੱਖਤਾ ਦਾ ਗ੍ਰੰਥ ਹੈ ਤਾਂ ਇਹਨੂੰ ਸਿੱਖ ਕੋਲੋਂ ਖੋਲੋ ਸਿੱਖ ਕੋਲੋਂ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ ਅਤੇ ਉਹਦੀ ਬਦਲੇ ਇੱਕ ਹੋਰ ਕਿਤਾਬ
ਸਿੱਖ ਨੂੰ ਫੜਾ ਦਿਓ। ਇਸ ਤੋਂ ਵੱਡਾ ਪਾਪ ਦੁਨੀਆ 'ਤੇ ਕੋਈ ਨਹੀਂ ਹੋ ਸਕਦਾ, ਸਿੱਖ ਕੌਮ ਨਾਲ ਇਸ ਤੋਂ ਵੱਡੀ ਗਦਾਰੀ ਦੁਨੀਆ 'ਤੇ ਕੋਈ ਨਹੀਂ ਹੋ ਸਕਦੀ। ਇਹ ਸ਼ਬਦ ਸੁਣ ਕੇ ਮੈਨੂੰ ਇੰਨੀ ਤਕਲੀਫ ਹੋਈ ਹੈ, ਲੇਕਿਨ ਮੈਂ ਪਹਿਲਾਂ ਵੀ ਸੁਣੇ ਹੋਏ ਸੀ, ਲੇਕਿਨ ਹੁਣ ਗੱਲ ਕਰਦੇ ਹਾਂ। ਮੈਂ ਖਿਮਾ ਮੰਗਦਾ, ਮੈਂ ਭਾਵਕ ਹੋ ਗਿਆ ਥੋੜ੍ਹਾ ਜਿਹਾ, ਲੇਕਿਨ ਇਹ ਮੇਰਾ ਮੇਰੇ ਗੁਰੂ ਪ੍ਰਤੀ ਪਿਆਰ ਹੈ, ਇਹ ਮੇਰੇ ਗੁਰੂ ਪ੍ਰਤੀ ਮੇਰੀ ਸ਼ਰਧਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਤੋਂ ਅਲੱਗ ਸਿੱਖ ਕੌਮ ਨੂੰ ਵੇਖ ਹੀ ਨਹੀਂ ਸਕਦਾ। ਜੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਿੱਖੀ ਹੈ, ਜੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਿੱਖੀ ਨਹੀਂ। ਔਰ ਅੱਜ ਇੱਕੋ ਕੋਸ਼ਿਸ਼ ਹੋ ਰਹੀ ਹੈ, ਇਸ ਕਿਤਾਬ ਦੇ ਰਾਹੀਂ ਸਿੱਖ ਕੋਲੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਅਲੱਗ ਕਰਤਾ ਜਾਏ। ਉਹਦੇ ਪਹਿਲੀ ਸਟੇਜ ਹੈ, ਉਹਨੂੰ ਬਰਾਬਰ ਸਥਾਪਿਤ ਕਰ ਦਿਓ। ਹੁਣ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਮੰਨ ਲਓ ਦੋਨਾਂ ਦਾ ਪ੍ਰਕਾਸ਼ ਕਰਤਾ ਜਾਏ। ਤੁਸੀਂ ਇਹ ਕਿਹਾ ਜਾ ਰਿਹਾ ਜੀ ਕਿ ਬੜੀ ਮਹਿੰਗੀ ਬਾਣੀ ਹੈ, ਮਹਿੰਗੀ ਬਾਣੀ ਦਾ ਕਿਹਾ ਤਾਂ ਭਾਵ ਤਾਂ ਇਹ ਹੈ ਕਿ ਹਰ ਇੱਕ ਨੂੰ ਸਮਝ ਨਹੀਂ ਆਉਂਦੀ, ਔਖੀ ਬਾਣੀ ਹੈ ਜੀ, ਮਹਿੰਗੀ ਤਾਂ ਇਹ ਹੈ। ਲੇਕਿਨ ਇਹਦਾ ਰੇਟ ਵੀ ਵਧਾ ਦਿੱਤਾ ਗਿਆ, ਜਿਵੇਂ ਹੁਣ ਪਟਨਾ ਸਾਹਿਬ ਵਗੈਰਾ ਦੇ ਉੱਥੇ ਕੋਸ਼ਿਸ਼ ਹੁੰਦੀ ਹੈ ਕਿ ਇਹਦਾ ਵੀ ਅਖੰਡ ਪਾਠ ਕਰਾਏ ਜਾਣ। ਠੀਕ ਹੈ, ਉੱਥੇ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਾਉਣਾ ਤਾਂ ਉਹਦੀ ਭੇਟਾ 2100 ਰੁਪਇਆ। ਓਕੇ, ਜੇ ਕਿਸੇ ਨੇ ਬਚਿੱਤਰ ਨਾਟਕ ਦਾ ਜਿਹਨੂੰ ਇਹ ਦਸਮ ਗ੍ਰੰਥ ਕਹਿੰਦੇ ਨੇ, ਅਖੌਤੀ ਦਸਮ ਗ੍ਰੰਥ, ਉਹਦਾ ਅਖੰਡ ਪਾਠ ਕਰਾਉਣਾ ਤਾਂ ਉਹਦੀ ਭੇਟਾ 5100 ਰੁਪਇਆ। ਜਿਹੜਾ ਇੱਕ ਆਮ ਆਦਮੀ ਜਿਹਨੂੰ ਕੁਛ ਨਹੀਂ ਪਤਾ ਜੀ, ਆਮ ਸਿੱਖ ਜਿਹੜਾ ਜਿਹਦੀ ਭਾਵਨਾ ਸਿਰਫ ਇਹੀ ਹੈ ਕਿ ਮੇਰੇ ਘਰ ਪਾਠ ਹੋ ਜਾਏਗਾ ਅਤੇ ਮੇਰੀ ਜਗ੍ਹਾ ਪਵਿੱਤਰ ਹੋ ਜਾਏਗੀ, ਉਹ ਕਿਹੜਾ ਪਾਠ ਕਰਾਏਗਾ? ਉਹ ਵੀ ਸਹੀ ਗੱਲ ਹੈ, ਅਸੀਂ ਗੱਡੀ ਮਾਰਕੀਟ 'ਚ ਸਮਾਨ ਲੈਣ ਵੀ ਜਾਈਏ ਤਾਂ ਪਹਿਲਾਂ ਮਹਿੰਗੀ ਚੀਜ਼ ਦੱਸ, ਮਹਿੰਗੀ ਚੀਜ਼ ਦੱਸ, ਕੇਲੇ ਦੱਸ, ਵਧੀਆ ਚੀਜ਼ ਦੱਸ, ਮਹਿੰਗਾ ਕੰਪਿਊਟਰ ਦੱਸ। ਹਾਂ, ਅਤੇ ਉਹ ਦਸਮ ਗ੍ਰੰਥ ਦਾ ਕਰਾਏਗਾ, ਦਸਮ ਗ੍ਰੰਥ ਦੀ ਚੌਧਰ ਹੋ ਜਾਏਗੀ, ਉਹਦੀ ਇੰਪੋਰਟੈਂਸ ਵੱਧ ਜਾਏਗੀ, ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰਤਾ ਜਾਏਗਾ। ਆਹ ਸਾਰੀ ਖੇਡ ਹੈ ਜਿਹੜੀ ਚੱਲ ਰਹੀ ਹੈ ਜੀ, ਡੈਲੀਬਰੇਟਲੀ ਇੱਕ ਕੌਨਸਪੀਰੇਸੀ ਚਲਾਈ ਜਾ ਰਹੀ ਹੈ ਕਿ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਹੱਤਵ ਘੱਟ ਕੀਤੀ ਜਾਏ। ਉਹ ਇਹ ਵੀ ਦਾਅਵਾ ਕਰਦੇ ਨੇ, ਇੱਕ ਲਫ਼ਜ਼ ਕੋਟ ਕਰਦੇ ਨੇ, ਤੌਫੀਕ, ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੌਫੀਕ ਨਹੀਂ ਹੈ ਸੂਰਮਾ ਬਣਾਉਣ ਲਈ, ਉਹ ਸੰਤ ਬਣਾ ਸਕਦੀ, ਪਰ ਸਿਪਾਹੀ ਲਈ ਦਸਮ ਗ੍ਰੰਥ ਹੀ ਪੜ੍ਹਨਾ ਪਏਗਾ। ਅਤੇ ਇੱਕ ਇਹ ਵੀ ਗੱਲ ਕਹਿੰਦੇ ਨੇ, ਅਤੇ ਜਿਹੜੇ ਵਿਦਵਾਨ ਹੁੰਦੇ ਨੇ ਉਹ ਗ੍ਰੰਥਾਂ ਦਾ ਪ੍ਰਕਾਸ਼ ਕਰਦੇ ਨੇ, ਅਤੇ ਜਿਹੜੇ ਅਨਪੜ੍ਹ ਹੁੰਦੇ ਨੇ ਉਹ ਗ੍ਰੰਥਾਂ ਨੂੰ ਬੰਦ ਕਰਦੇ ਨੇ, ਇਹ ਕੋਟ ਕਰਦੇ ਨੇ। ਜਸਨੀਤ ਸਿੰਘ ਜੀ, ਜਿਸ ਵੇਲੇ ਬਾਬਰ ਨੇ ਹਮਲਾ ਕੀਤਾ, ਗੁਰੂ ਨਾਨਕ ਪਾਤਸ਼ਾਹ ਸੈਦਪੁਰ ਦੇ ਵਿੱਚ ਸਨ ਜੀ, ਹਿੰਦੁਸਤਾਨ ਦੇ ਵਿੱਚ ਕਿਸੇ ਨੇ ਉਹਦਾ ਟਾਕਰਾ ਨਹੀਂ ਕੀਤਾ ਜੀ, ਔਰ ਗੁਰਬਾਣੀ ਇਸ ਗੱਲ ਦਾ ਜਿਹੜਾ ਨਾ ਪ੍ਰਮਾਣ ਹੈ ਜੀ, ਕੋਟੀ ਕਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਜੀ, ਥਾਣ ਮੁਕਾਮ ਜਲੇ ਬਿਜ ਮੰਦਰ ਮੁੱਚ ਮੁੱਚ ਕੁਹਰ ਰੁਲਾਇਆ ਜੀ, ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ। ਉਹਨਾਂ ਨੇ ਕਿਹਾ ਜੀ ਵੀ ਪੰਡਿਤ ਇਕੱਠੇ ਕਰ ਲਓ, ਮੌਲਵੀ ਇਕੱਠੇ ਕਰ ਲਓ, ਮੰਤਰ ਪੜਨ ਜੀ ਕਿ ਬਾਬਰ ਦੀਆਂ ਫੌਜਾਂ ਜਿਹੜੀਆਂ ਅੰਨੀਆਂ ਹੋ ਜਾਣ ਜੀ, ਅਤੇ ਸਾਡਾ ਟਾਕਰਾ ਨਾ ਕਰ ਸਕਣ ਜੀ। ਅਤੇ ਸਤਿਗੁਰੂ ਨੇ ਇੱਥੇ ਬਿਲਕੁਲ ਸਪਸ਼ਟ ਕਰਤਾ, ਕੋਈ ਮੁਗਲ ਨਾ ਹੋਆ ਆਉਂਦਾ ਕਿਨੇ ਨਾ ਪਰਚਾ ਲਾਇਆ, ਕੋਈ ਇੰਨਾ ਨਹੀਂ ਹੋਇਆ, ਪੜ੍ਹਦੇ ਰਹੇ ਆਪਣੇ ਮੰਤਰ, ਕੋਈ ਫਰਕ ਨਹੀਂ ਪਿਆ। ਹੋਇਆ ਕਿ ਥਾਣ ਮੁਕਾਮ ਜਲੇ ਬਿਜ ਮੰਤਰ, ਉਹਨੇ ਪੱਕੇ ਮਿਹਰ ਮਾੜੀਆਂ ਸਾੜ ਕੇ ਸਵਾਹ ਕਰ ਦਿੱਤੇ, ਜਿਹੜੇ ਸ਼ਹਿਜ਼ਾਦੇ ਕਵਾਉਂਦੇ ਸੀ ਮੁੱਚ ਮੁੱਚ ਕੁਰ ਰੁਲਾਇਆ, ਜਿਹੜੇ ਸ਼ਹਿਜ਼ਾਦੇ ਕਵਾਉਂਦੇ ਸੀ ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ, ਇਹ ਹਾਲਤ ਹੋਈ। ਉਸ ਵੇਲੇ ਸਿਰਫ ਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਉਠਾਈ ਸੀ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਬਾਬਰ ਤੂੰ ਜ਼ਾਬਰ ਹੈ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਹੀ ਆਵਾਜ਼ ਗੂੰਜੀ ਸੀ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾਲੋ। ਉਸ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਅਸੀਂ ਕਹਿ ਰਹੇ ਹਾਂ ਕਿ ਉਹ ਸੂਰਬੀਰ ਨਹੀਂ ਬਣਾਉਂਦੀ। ਜਿਸ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਲਿਖ ਦਿੱਤਾ, ਜਾਓ ਤਾਂ ਉਹ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਾਂ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਸ ਬਾਣੀ ਨੂੰ ਅਸੀਂ ਕਹਿ ਰਹੇ ਹਾਂ ਇਹ ਸੂਰਬੀਰ ਨਹੀਂ ਬਣਾਉਂਦੀ। ਕਿੱਡੀ ਸ਼ਰਮ ਦੀ ਗੱਲ ਹੈ, ਮੈਂ ਤਾਂ ਹੈਰਾਨ ਹੁੰਦਾ ਜਿਹੜੇ ਲੋਕ ਇਹੋ ਜਿਹੀਆਂ ਦਲੀਲਾਂ ਦਿੰਦੇ ਨੇ। ਗੁਰੂ ਅਰਜਨ ਪਾਤਸ਼ਾਹ ਕਿਹੜੀ ਤਾਕਤ ਦੇ ਨਾਲ ਤੱਤੀ ਤਵੀ ਦੇ ਉੱਤੇ ਬੈਠੇ ਸਨ? ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਚਾਰ ਸਿੰਘਾਂ ਨੇ ਜੋ ਸ਼ਹਾਦਤ ਪਾਈ, ਜਿਸ ਦਲੇਰੀ ਨਾਲ, ਜਿਸ ਬਹਾਦਰੀ ਦੇ ਨਾਲ ਪਾਈ, ਉਹਨਾਂ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ? ਭਾਈ ਮਤੀ ਦਾਸ, ਸਤੀ ਦਾਸ ਜੀ, ਭਾਈ ਦਿਆਲਾ ਜੀ। ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਔਰ ਚਾਰੇ ਜਿੱਤ ਪ੍ਰਾਪਤ ਕੀਤੀ, ਉਹਨਾਂ ਨੇ ਕਿਹੜੇ ਦਸਮ ਗ੍ਰੰਥ ਦੀ ਬਾਣੀ ਪੜ੍ਹੀ ਸੀ? ਦੋ ਪੱਟ ਵੀ ਸ਼ਹੀਦ ਹੋਏ ਸੀਗੇ ਜੀ, ਬਿਲਕੁਲ, ਪੱਟ ਤੀਰਥ ਤੇ ਪੱਟ ਮਥੁਰਾ ਮੇਰੇ ਖਿਆਲ ਜੀ, ਬਿਲਕੁਲ ਜੀ। ਸੋ ਮੈਂ ਜਿਹੜਾ ਸਾਡੇ ਸਿੱਖ ਮਿਸ਼ਨਰੀ ਕਾਲਜ ਹੈਗੇ ਨੇ, ਜਿਹੜੇ ਮਿਸ਼ਨਰੀ ਕਾਲਜ ਜਿਹਨਾਂ ਨੂੰ ਮਸ਼ੀਨਰੀ ਵੀ ਕਹਿੰਦੇ ਨੇ ਆ ਲੋਕ, ਉਹ ਲੋਕ ਡਟ ਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਰਪਿਤ ਨੇ, ਅਤੇ ਅਕਾਲ ਤਖ਼ਤ ਦੀ ਮਰਿਆਦਾ ਦੀ ਸਮਰਥਕ ਲਈ ਉਹਨਾਂ ਦਾ ਗਲਾ ਸੁੱਕ ਜਾਂਦਾ ਕਿ ਅਸੀਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਰਪਿਤ ਹਾਂ। ਡੇਰੇਦਾਰ ਕੋਈ ਇਸ ਚੀਜ਼ ਨੂੰ ਫੋਲੋ ਨਹੀਂ ਕਰਦਾ, ਪਰ ਸਭ ਤੋਂ ਜ਼ਿਆਦਾ ਸਪਰੈਜ਼ ਉਹਨਾਂ ਨੂੰ ਕੀਤਾ ਜਾਂਦਾ, ਅਟੈਕ ਵੀ ਉਹਨਾਂ ਤੋਂ ਕੀਤਾ ਜਾਂਦਾ। ਜਿਵੇਂ ਪਹਿਲੇ ਵੀ ਗੱਲ ਕੀਤੀ ਸੀ ਕਿ ਜਦੋਂ ਢੱਡਰੀਆਂ ਵਾਲੇ ਉਹਨਾਂ ਦੀ ਗੱਲ ਕਰਦੇ ਸੀਗੇ ਤਦ ਤੱਕ ਸਰੋਪੇ ਬਹਿ ਜਾਂਦੇ ਸੀ, ਹੁਣ ਗੋਲੀਆਂ ਦੀ ਬਰਛਾਰ ਹੁੰਦੀ ਹੈ, ਅਤੇ ਫਿਰ ਤੁਹਾਨੂੰ ਨਹੀਂ ਲੱਗਦਾ ਉਹ ਲੋਕ ਮੰਨਦੇ ਨਹੀਂ, ਇਹਨਾਂ 'ਤੇ ਅਟੈਕ ਹੋ ਰਿਹਾ ਜਾ ਰਿਹਾ, ਅਤੇ ਕੁਝ ਇਹੋ ਜਿਹਾ ਕੀਤਾ ਜਾਵੇ
कि कौम दे विच क्लैरिटी आवे क्योंकि जिहड़ा यूथ हैगा उनके कोल बड़ी कन्फ्यूज नॉलेज कन्फ्यूज इनफॉर्मेशन जा रही है इतने तुम कैंप से आए हो बच्चों तुम दस रहे हो कि सिखी नाल जुड़ना सिखी के बेसिक सिद्धांत दस रहे हो पर फिर जो इतने अरदास होगी तो फिर असं प्रीतम भगौती पढ़ा पर एक पास असं कह रहे हैं परचा शब्द का पूजा अकाल की ए बड़ी कॉन्ट्राडिक्टरी स्टेट साड़ी नॉलेज हो गई है तो ये साड़ा एक बड़ा बड़ा दुखांत है जी जिहड़ी असल गल है ना उन्होंने समझने की कोशिश करो संस्था की है पंथक संस्था मैं पंथक संस्था की गल कर रहा पंथक जथेबंदी कह लो या संस्था कह लो पंथक संस्था राह है पंथ की सेवा करन दा जिमें एक मील पत्थर होंदा है मंजिल ते पहुंचने दे वास्ते तुसी मील पत्थर तो अगवाई लैके अपनी मंजिल ते पहुंच जांदे हो जी संस्थावां दा उही रोल है जी लेकिन संस्था मकसद नहीं है मंजिल नहीं है जी मंजिल पंथ है दे ब्रिज द गैप बिटवीन गैप ब्रिज कर दी बिल्कुल बिल्कुल वो गैप नू ब्रिज कर दिया ने सानू उत्थे मंजिल ते पहुंचन दे विच सहाई हुंदियां ने बिल्कुल लेकिन मंजिल जिहड़ी है खालसा पंथ है बिल्कुल अज साडियां संस्थावां दी मंजिल जिहड़ी है ना संस्था बन गई अज जिहड़े तुसीं सिख मिशनरी कॉलेज दी गल कर रहे हो भी ये कहिंदे ने जी भी असीं सिख रहत मर्यादा ते पहरा देने आ जिहड़े नहीं देंदे उहदी गल ते आपां बाद च करांगे पहलां उहनां दी गल कर रही है जिहड़े कहिंदे ने पहरा देने आ उहनां दा सिर्फ इक्को डर है कि जे असी कहांगे जी भी असी नहीं मनते असी नितनेम दी बाणियां नूं नहीं मनते तो फिर ये अकाल तख्त के जथेदार वालों को साढ़े खिलाफ़ हुक्मनामा करा देंगे साढ़ा काम करना मुश्किल हो जाएगा जिहड़ी तुसीं दूसरी गल कही भी वो डांगा चुकते हैं ये सोचते हैं भी साढ़े खिलाफ़ भी डांगा चुक लैणगे सानू काम नहीं करन देणगे एक बहाना बनाया जाता है कि इस तरह असी प्रचार ज़्यादा कर रहे हैं असी वधिया प्रचार कर रहे हैं फिर प्रचार रुक जाएगा लेकिन एक गल मैं तुहानू बेनती करा प्रचार ये चंगा प्रचार कर रहे हैं मैं उस गल नू नैगेटिव नहीं कहता लेकिन जो प्रचार कुरबानी दे नाल हुंदा साहबजादे जदों शहीद होए ने छोटे साहबजादे 6 ते 8 साल की उम्र सी या 7 ते 9 की कह लो 6.5 साढ़े 8 तकरीबन इन्नी उम्र सी उन्हां दी अगर उस वेले उह कहिंदे उन्हां नू इह समझाया जांदा कि तुसीं बेटा शहादत ना दिओ तुसीं इस वेले इन्हां दी गल मन लो जान बचा लो बाद दे विच आपां सिक्खी दा प्रचार करांगे तुहाडी बड़ी उम्र है सारी जिंदगी तुसीं सिक्खी दा प्रचार करना जो अज उन्हां दी शहादत दियां साखियां सुना के उन्हां दी शहादत दे इतिहास दे नाल सिक्खी दा प्रचार हो रहा वो 200-200 साल जी के भी नहीं सी वो प्रचार कर सकते असीं इस ते कंटिन्यू करेंगे छोटा जिहा ब्रेक लैणा जल्दी हाजिर वेलकम बैक सर असीं ब्रेक तो पहले गल कर रहे सीगे मिशनरी कॉलेज बारे तुसीं कह रहे हो कि वो लोग कुरबानी नहीं करना चाहते इस करके बट देखो उन्होंने को भी कोई इदा की कोई चीज़ इदा की नहीं है कि जो उन्होंने कोई विजन दे सके तुसी कहते हो प्रो इंस्टीट्यूशन को डिसमेंटल कर दिया जाए इंस्टीट्यूशन को डिसमेंटल करके असं होर की संवार लाँगे मैं बिल्कुल नहीं कहता इंस्टीट्यूशन को डिसमेंटल कर दिया जाए मैं बिल्कुल ये नहीं कहता कि उन्होंने संस्थावों किसी तरह का कोई नुकसान पहुँचे मैं उन्होंने प्रफुल्लित होता वेखना चाहता लेकिन मैं इन्ना जरूर कहंगा जिस वे इम्तिहान की घड़ी आए तो इम्तिहान की घड़ी के डोलना नहीं चाहिए बट देखो उन्होंने इंस्टीट्यूशन असी 10% ना प्रचार करने की बजाय 90% से साड़ा जो प्रचार होना वह भी तो बंद हो जाएगा जोड़ा काउंटर नैरेटिव देना है इस एक तरफ चंडी की वार कथावां हो रही ने नारियल नू प्रमोट किया जा रहा है कि तिलक नू प्रमोट किया जा रहा है एक बिल्कुल ऑर्थोडॉक्स थिंकिंग सुपरस्टिशन थिंकिंग नू प्रमोट किया जा रहा उसका काउंटर नैरेटिव देने देखो सानू भी तो कोई चाहिए ने ना मैं जो दसम ग्रंथ है मास्टर लैवल का PhD लैवल का सवाल हैगा पर जिहड़ा ग्राउंड दे विच ते लोकां नूं लगे असीं अज इशनान कीता ते अज असीं पाठ कर सकदे लोकां दे ते प्राइमरी लेवल ते सवाल ने मैं उस लहर दे बहुत नेड़े रहा मिशनरी लहर दे अज भी मैं नेड़े आ जी मैं उन्हां नूं अपना परिवार समझना जी जो योगदान उन्होंने ने पाया मैं हुणे इत्थे बाहर खड़े सां उत्थे भी गल कर रहा सां जी जो मास एजुकेशन ऑफ सिखिज़म जी इन्हां मिशनरी कॉलेजां ने दित्ती है कोई भी नहीं दे सकिया अज सिक्खी नूं दोबारा जे अपने लीहां ते आउण दा कोई चांस बन रहा तो इन्हां मिशनरी कॉलेजां दी वजह करके बन रहा मैं सिर्फ इन्नी गल कहना चाहुंदा कि जिस वेले इम्तिहान की घड़ी आवे उही टाइम हुंदा उस वेले जे असीं डोल जाने आ ना फिर बड़ी मुश्किल हुंदी इम्तिहान नूं तुसीं थोड़ा बयान करो तुहाडा पॉइंट मैं समझ आ गया जिस तरह मेरा छोटे वीर है सरबजीत सिंह धुंदा जी उन्हां नूं अकाल तख्त ते बुलाया गया ठीक है उस वेले जाके पेश हो गए उस वेले यही एक्सक्यूज सी जे असी ना गए ठीक है ते
ਇਹ ਸਾਡੇ ਇੰਸਟੀਟਿਊਸ਼ਨ ਦੇ ਖਿਲਾਫ ਜਿਹੜਾ ਹੈ ਉਹ ਕਰਨਗੇ। ਠੀਕ ਹੈ, ਮੈਂ ਉਸ ਵੇਲੇ ਉਹਨਾਂ ਨੂੰ ਵੀ ਜਾ ਕੇ ਗੱਲ ਕਹੀ ਸੀ ਕਿ ਸਤਿਕਾਰਯੋਗ ਜੀ ਉਹ ਤੁਹਾਡੇ ਕਾਲਜ ਨੂੰ ਨਹੀਂ ਬੁਲਾਇਆ, ਤੁਹਾਡੇ ਕਾਲਜ 'ਤੇ ਇਲਜ਼ਾਮ ਨਹੀਂ ਹੈ, ਇਲਜ਼ਾਮ ਸਰਬਜੀਤ ਸਿੰਘ ਧੁੰਦਾ 'ਤੇ ਹੈ ਜੀ, ਉਹਨੂੰ ਇੰਡੀਵਿਜੁਅਲੀ ਫੇਸ ਕਰਨ ਦਿਓ, ਤੁਸੀਂ ਉਹਨੂੰ ਆਪਣਾ ਇਸ਼ੂ ਨਾ ਬਣਾਓ। ਬਟ ਉਹਨਾਂ ਦੇ ਉਸ ਚਾਰ ਕੌਮ ਦੇ ਸਮੇਂ ਚਾਰ ਪ੍ਰਚਾਰਕ ਹੈਗੇ ਨੇ ਅਤੇ ਸਭ ਤੋਂ ਜ਼ਿਆਦਾ ਸੁਣਨ ਵਾਲੇ ਉਹਨਾਂ ਨੂੰ ਨੇ, ਬਿਲਕੁਲ ਠੀਕ। ਜੇ ਉਹਨਾਂ ਨੂੰ ਐਕਸਕਮਿਊਨੀਕੇਟ ਕਰ ਦਿੱਤਾ ਜਾਂਦਾ ਉਹਨਾਂ ਨੂੰ ਛੇਕ ਦਿੱਤਾ ਜਾਂਦਾ ਕਿ ਅੱਜ ਇਸ ਲੈਵਲ 'ਤੇ ਪ੍ਰਚਾਰ ਹੋ ਰਿਹਾ ਹੋ ਪਾਉਂਦਾ? ਪਹਿਲੀ ਗੱਲ ਤਾਂ ਉਸ ਇੱਕ ਬੰਦੇ ਦੀ ਗੱਲ ਸੀ, ਹਾਂਜੀ। ਦੂਸਰੀ ਵਿਕਟਿਮ, ਅਸੀਂ ਉਹਨਾਂ ਨੂੰ ਕਿਉਂ ਵਿਕਟਿਮ ਬਣਾਉਣਾ ਚਾਹੁੰਦੇ? ਨਹੀਂ, ਬਿਲਕੁਲ ਨਹੀਂ ਵਿਕਟਿਮ ਬਣਾਉਣਾ ਚਾਹੁੰਦੇ। ਦੂਸਰੀ ਗੱਲ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੇਕਿਆ ਗਿਆ ਜੀ, ਅੱਜ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸੰਗਤ ਸੁਣਦੀ ਹੈ ਕਿ ਨਹੀਂ? ਚਲੋ ਮੈਂ ਉਸ 'ਤੇ ਵੀ ਆ ਜਾਂਦਾ। ਪ੍ਰੋਫੈਸਰ ਦਰਸ਼ਨ ਸਿੰਘ ਦੀ ਅੱਜ ਮੰਗ ਜਿਹੜੀ ਹੈ ਓਨੀ ਹੋਏ ਜਿੰਨੀ ਪਹਿਲਾਂ ਸੀ, ਉਹਨਾਂ ਕੋਲ ਜ਼ਿਆਦਾ ਹੀ ਹੋਏਗੀ ਜੀ। ਸਿਰਫ ਕੁਝ ਜਿੱਥੇ ਗੁੰਡਾਗਰਦੀ ਹੈ ਜਾ ਕੇ ਕਰਦੇ ਨੇ ਜੀ, ਉਸ ਦੇ ਡਰ ਤੋਂ ਕੁਝ ਲੋਕ ਨਹੀਂ ਕਰਦੇ। ਨਾ ਉਹਨਾਂ ਦੇ ਸਤਿਕਾਰ ਦੇ ਵਿੱਚ ਘਾਟਾ ਹੋਇਆ ਅਤੇ ਨਾ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਘਾਟਾ ਹੋਇਆ। 10% ਵੀ ਨਹੀਂ ਸੁਣਦੇ ਜਿਸ ਹਿਸਾਬ ਨਾਲ ਧੁੰਦਾ ਜੀ ਨੂੰ ਸੁਣਦੇ ਨੇ, ਵਿਦ ਯੂ ਰਿਸਪੈਕਟ। ਬਟ ਮੈਂ ਇਸ 'ਤੇ ਗੱਲ, ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਮੈਂ ਗੱਲ ਤੁਹਾਨੂੰ ਇਸ 'ਤੇ ਕਾਊਂਟਰ ਕਰਨਾ ਚਾਹਾਂਗਾ। ਪ੍ਰੋਫੈਸਰ ਦਰਸ਼ਨ ਸਿੰਘ ਉਹਨੀ ਅੰਦਰ ਜਾ ਕੇ ਸਪਸ਼ਟੀਕਰਨ ਦੇਣ ਦੇ ਖਿਲਾਫ ਨੇ, ਪਰ ਪੇਸ਼ ਹੋਣ ਦੇ ਕਦੀ ਖਿਲਾਫ ਨਹੀਂ ਹੈ। ਉਹਨਾਂ ਨੇ ਵੀ ਬਰਨਾਲਾ ਨੂੰ ਤਲਬ ਕੀਤਾ ਸੀਗਾ। ਜਿਹੜੇ ਸਾਡੇ ਹੋਰ ਸਕਾਲਰਸ ਨੇ, ਚਾਹੇ ਉਹ ਦਿਲਗੀਰ ਸਾਹਿਬ ਹੋਣ, ਚਾਹੇ ਤੁਸੀਂ ਹੋਵੋ, ਚਾਹੇ ਹੋਰ ਈਵਨ ਕਿ ਪੰਥਪ੍ਰੀਤ, ਉਹ ਤਲਬ ਹੋਣ ਦੇ ਵੀ ਖਿਲਾਫ ਹੈਗੇ ਨੇ ਕਿ ਸਿੱਖ ਦੇ ਵਿੱਚ ਤਾਂ ਗੁਰਮਤਾ ਹੈਗਾ। ਹੁਣ ਸਾਡੇ ਜਿਹੜੇ ਸਕਾਲਰ ਨੇ ਉਹਨਾਂ ਦਾ ਹੀ ਸਿਲੈਕਟਿਵ ਸਟੈਂਡ ਆ। ਪ੍ਰੋਫੈਸਰ ਦਰਸ਼ਨ ਸਿੰਘ ਇੱਕ ਤਰਫ ਕਹਿੰਦੇ ਨੇ ਕਿ ਮੈਂ ਗ੍ਰੰਥ ਦੀ ਸੇਵਾ 'ਚ ਸੀਗਾ, ਸੋਰੀ ਮੈਂ ਜਦੋਂ ਪੰਥ ਦੀ ਸੇਵਾ 'ਚ ਸੀਗਾ ਤਾਂ ਮੈਂ ਜਥੇਦਾਰ ਸੀਗਾ। ਉਹਨਾਂ ਨੇ ਮੇਰੇ ਇੰਟਰਵਿਊ ਦੇ ਵਿੱਚ ਵੀ ਜਥੇਦਾਰ ਦੀ ਪੋਜੀਸ਼ਨ ਨੂੰ ਰਿਜੈਕਟ ਨਹੀਂ ਕੀਤਾ। ਸਾਡੇ ਆਪਣੀਆਂ ਈਗੋ ਅੱਗੇ ਆ ਰਹੀਆਂ ਨੇ, ਤੁਸੀਂ ਸਿਲੈਕਟਿਵ ਸਟੈਂਡਰਡ ਜਿਹੜਾ ਸਟੈਂਡ ਲੈ ਰਹੇ ਹੋ। ਤੁਸੀਂ ਦੋ ਗੱਲਾਂ ਨੂੰ ਮਿਕਸ ਕਰ ਗਏ ਹੋ ਸਰ, ਹੀ ਇਜ਼ ਸੈਟ ਐਨ ਐਗਜ਼ਾਮਪਲ ਨਾ। ਤੁਸੀਂ ਦੋ ਗੱਲਾਂ ਨੂੰ ਮਿਕਸ ਕਰ ਗਏ ਹੋ ਜੀ, ਮੇਰੀਆਂ ਦੋ ਗੱਲਾਂ ਨੂੰ ਮਿਕਸ ਕਰ ਗਏ ਹੋ ਜੀ। ਮੈਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਵੱਲੋਂ ਛੇਕਣ ਦੇ ਬਾਅਦ ਉਹਦੇ ਪ੍ਰਭਾਵ ਦੀ ਗੱਲ ਕਰ ਰਿਹਾ ਜੀ। ਪ੍ਰੋਫੈਸਰ ਦਰਸ਼ਨ ਸਿੰਘ ਦਾ ਉੱਥੇ ਜਾਣਾ ਠੀਕ ਸੀ ਜਾਂ ਨਹੀਂ ਮੈਂ ਨਹੀਂ ਕਹਿ ਰਿਹਾ। ਤੁਸੀਂ ਸਮਝਦੇ ਜਾਣਾ ਠੀਕ ਸੀ? ਬਿਲਕੁਲ ਗਲਤ ਸੀ, ਉੱਥੇ ਜਾਣਾ ਵੀ ਗਲਤ ਸੀ, ਜਿਹੜਾ ਬਾਹਰ ਜਾਣਾ ਵੀ ਗਲਤ ਸੀ ਜੀ। ਲੇਕਿਨ ਉਹਨਾਂ ਦਾ ਆਪਣਾ ਕਹਿਣਾ ਕਿ ਮੇਰੀ ਕੰਪਲਸ਼ਨ ਸੀ ਕਿਉਂਕਿ ਮੈਂ ਆਪ ਪਹਿਲਾਂ ਜਥੇਦਾਰ ਰਿਹਾ ਸਾਂ ਤੇ ਮੈਂ ਨਾ ਜਾਂਦਾ ਤੇ ਜਿਹੜਾ ਉਹ ਗੱਲ ਨਹੀਂ ਸੀ ਬਣਦੀ। ਮੰਨੋ ਲੈ ਸਿਲੈਕਟਿਵ ਸਟੈਂਡ, ਸਿਲੈਕਟਿਵ ਸਟੈਂਡ ਹੈ, ਬਿਲਕੁਲ ਸਿਲੈਕਟਿਵ ਸਟੈਂਡ ਹੈ। ਮੈਂ ਇਹਦੇ ਬਾਰੇ ਕੋਈ ਦੋ ਰਾਏ ਨਹੀਂ ਕਹਿ ਰਿਹਾ, ਉਹਨਾਂ ਨੇ ਪਹਿਲਾਂ ਮੈਂ ਤੇ ਸਿਰਫ ਇਹ ਕਹਿ ਰਿਹਾ ਕਿ ਉਹਨਾਂ ਦਾ ਛੇਕਣ ਤੋਂ ਬਾਅਦ ਪ੍ਰਭਾਵ ਜਾਂ ਉਹਨਾਂ ਦਾ ਪ੍ਰਚਾਰ ਘੱਟ ਨਹੀਂ ਹੋਇਆ। ਧੁੰਦਾ ਜੀ ਦਾ ਜਿਹੜਾ ਸਤਿਕਾਰ ਕੌਮ ਦੇ ਵਿੱਚ ਬਣਿਆ ਹੋਇਆ ਸੀ, ਇਹ ਸਾਨੂੰ ਇੱਕ ਭਰਮ ਹੈ ਕਿ ਜੇ ਉੱਥੋਂ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਹੋ ਜਾਂਦਾ ਤਾਂ ਸੰਗਤ ਉਹਨਾਂ ਨੂੰ ਸੁਣਨਾ ਬੰਦ ਕਰ ਦਿੰਦੀ। ਇਹ ਜਿਹੜੇ ਧੂਤੇ ਨੇ ਅੱਜ ਵੀ ਉਹਨਾਂ ਦੇ ਖਿਲਾਫ਼ ਡਾਂਗਾ ਚੁੱਕ ਕੇ ਜਾਂਦੇ ਨੇ ਸਰ। ਧੁੰਦਾ ਜੀ ਗਰਾਊਂਡ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਨੇ, ਮਾਸਿਸ ਨਾਲ ਜੁੜੇ ਹੋਏ ਨੇ। ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਇੱਕ ਐਲੀਟ ਪ੍ਰਚਾਰਕ ਨੇ, ਇੱਕ ਐਲੀਟ ਲੋਕਾਂ ਨਾਲ ਜੁੜੇ ਹੋਏ ਨੇ। ਉਹ ਗਰਾਊਂਡ ਦੇ ਵਿੱਚ ਪ੍ਰਚਾਰ ਰੋਜ਼ ਕੈਂਪ ਲਾਉਣਾ ਜਾਂ ਸਮਾਗਮ ਲਾਉਣਾ, ਉਹਦੇ ਵਿੱਚ ਉਹਨਾਂ ਦੀ ਐਕਟੀਵਿਟੀ ਨਹੀਂ ਸੀ। ਜਿਹੜੀ ਡੇਲੀ ਟੂ ਡੇਲੀ ਐਕਟੀਵਿਟੀ ਸੀਗੀ ਉਹ ਤਾਂ ਰੁਕ ਜਾਂਦੀ? ਬਿਲਕੁਲ ਨਹੀਂ ਰੁਕਦੀ। ਜੋ ਉਹਨਾਂ ਦਾ ਕੌਮ ਦੇ ਵਿੱਚ ਸਤਿਕਾਰ ਬਣਿਆ ਹੋਇਆ ਸੀ ਉਹਦੇ ਨਾਲ ਉਹਨੂੰ ਜ਼ਿਆਦਾ ਬਣ ਜਾਂਦਾ ਸਰ। ਇਹ ਸਿਰਫ ਆਪਣਾ ਨਜ਼ਰੀਆ। ਅੱਜ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜੀ ਸਟੈਂਡ ਚੇਂਜ ਕੀਤਾ। ਪਹਿਲਾਂ ਉਹ ਬਾਬਾ ਸੀ, ਪੂਰਾ ਫੁੱਲ ਫਲੈਜਡ ਬਾਬਾ ਸੀ ਜੀ, ਅਸੀਂ ਵੀ ਪੂਰੇ ਵਿਰੋਧੀ ਸਾਂ ਜੀ, ਮੈਂ ਸਹੀ ਲਫ਼ਜ਼ਾਂ 'ਚ ਕਹਾਂ। ਅੱਜ ਉਹ ਗੁਰਮਤ ਸੋਚ ਵੱਲ ਆ ਗਏ, ਉਹਨਾਂ ਦੀ ਸੋਚ ਜਿਹੜੀ ਸਹੀ ਪਾਸੇ ਵਾਲੇ ਆ ਗਈ। ਉਹਨਾਂ ਦੇ ਸੰਗਤ ਘੱਟ ਗਈ ਹੈ, ਕੋਈ ਘੱਟ ਨਹੀਂ ਗਈ। ਮਰਿਆਦਾ ਦੇ ਉਲਟ ਹੀ ਕੁਝ ਬੋਲਿਆ ਨਹੀਂ, ਕਿੰਨੇ ਰਣਜੀਤ ਸਿੰਘ ਢੱਡਰੀਆਂ ਨਹੀਂ, ਮਰਿਆਦਾ ਦੇ ਉਲਟ ਨਹੀਂ ਬੋਲਿਆ। ਲੇਕਿਨ ਉਧਰੋਂ ਜਿੰਨੇ ਡੇਰੇਦਾਰ ਨੇ ਉਹਨਾਂ 'ਤੇ ਹਮਲੇ ਕਰ ਰਹੇ ਨੇ, ਉੱਥੇ ਡਾਂਗਾਂ ਚੁੱਕ ਰਹੇ ਨੇ, ਉਹਨਾਂ 'ਤੇ ਗੋਲੀਆਂ ਵੀ ਚਲਾਈਆਂ ਗਈਆਂ, ਉਹਨਾਂ ਦਾ ਸਾਥੀ ਮਾਰ ਗਿਆ ਰਹਿ ਗਿਆ। ਲੇਕਿਨ ਸੰਗਤ ਜਿਹੜੀ ਹੈ ਸੱਚ ਬੋਲਣ ਵਾਲਾ ਉਹਨੂੰ ਹੱਥਾਂ 'ਤੇ ਚੁੱਕਦੀ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਜਿਵੇਂ ਹੱਥਾਂ 'ਤੇ ਚੁੱਕਿਆ ਨਾ, ਸਰਬਜੀਤ ਸਿੰਘ ਨੂੰ ਵੀ ਸੰਗਤ ਹੱਥਾਂ 'ਤੇ ਚੁੱਕਦੀ। ਇੱਕ ਸਾਡਾ ਅੰਦਰ ਦਾ ਡਰ ਸੀ ਜਿਹਨੇ ਇਹ ਉਹਨਾਂ ਨੂੰ ਸਰ, ਅਸੀਂ ਆਪਣੇ ਪ੍ਰਚਾਰਕਾਂ ਨੂੰ ਸ਼ਹੀਦ ਕਰਾਉਣਾ ਚਾਹੁੰਦੇ, ਬਟ ਅਸੀਂ ਕੋਈ ਇੱਦਾਂ ਦਾ ਇੱਕ ਮਕੈਨਿਜ਼ਮ ਜਾਂ ਕੋਈ ਇੱਦਾਂ ਦਾ ਫੋਰਮ, ਇੱਕ ਸੈਕਿੰਡ, ਨਹੀਂ ਕ੍ਰੀਏਟ ਕਰਦੇ ਜਿੱਥੇ ਇੱਕ ਇੰਟਲੈਕਚੁਅਲ ਦਾ ਵਿੰਗ ਹੋਵੇ, ਪੋਲੀਟੀਕਲ ਦਾ ਵਿੰਗ ਹੋਵੇ, ਸੋਸ਼ਲ ਵਿੰਗ ਹੋਵੇ, ਲੀਗਲ ਵਿੰਗ ਹੋਵੇ, ਪ੍ਰਚਾਰਕਾਂ ਦਾ ਵਿੰਗ ਹੋਵੇ, ਅਤੇ ਹਰ ਬੰਦਾ ਇੱਕ ਪਰਫੈਕਟ ਸਟਾਫਿੰਗ ਦੇ ਤਰੀਕੇ ਨਾਲ। ਅਸੀਂ ਪ੍ਰੀਚਰ ਤੋਂ ਉਮੀਦ ਕਰਦੇ ਹਾਂ ਰਾਜਨੀਤਿਕ ਸਟੇਟਮੈਂਟ ਦੇਵੇ, ਪੋਲੀਟੀਸ਼ੀਅਨ ਤੋਂ। ਆਪਾਂ ਆਪਣੇ ਵਿਸ਼ੇ 'ਤੇ ਰਹੀਏ, ਸਾਡੇ ਪ੍ਰਚਾਰਕ ਨੇ ਜਿਹੜੇ ਸਾਡੇ ਪ੍ਰਚਾਰਕ ਨੇ ਅਗਰ ਕਿਸੇ ਇੱਕ ਖਾਸ ਵਿਸ਼ੇ 'ਤੇ ਉਹਦੀ ਸ਼ਹਾਦਤ ਦੇ ਨਾਲ ਇੱਕ ਲਹਿਰ ਨੂੰ ਜੋ ਵਿਚਾਰਧਾਰਾ ਹੈ ਉਹਨੂੰ ਬੂਸਟ ਮਿਲਦਾ ਹੈ ਅਤੇ ਉਸ ਸ਼ਹਾਦਤ ਦੇ ਵਿੱਚ ਕੋਈ ਫਰਕ ਨਹੀਂ। ਪਲਾਨ ਹੈਗਾ, ਐਕਸ਼ਨ ਪਲਾਨ ਹੈਗਾ, 5 ਸਾਲ ਦਾ, 10 ਸਾਲ ਬਾਅਦ ਅਸੀਂ ਇੰਨਾ ਕਰ ਲਈ, ਉਸ ਤੋਂ ਬਾਅਦ ਅਸੀਂ ਇੱਥੇ ਦੇਖਦੇ ਹਾਂ, ਕੋਈ ਸਾਡੇ ਕੋਲ ਪਲਾਨ ਹੈਗਾ? ਡੂ ਵੀ ਵਰਕ ਇਨ ਆਰਗਨਾਈਜ਼ਡ ਮੈਨਰ? ਸਾਹ ਜਸਨੀਤ ਸਿੰਘ ਜੀ, ਜਿਸ ਵੇਲੇ ਅਸੀਂ ਇਹ
ਸ਼੍ਰੋਮਣੀ ਕਮੇਟੀ ਦੇ ਪਿੱਛੇ ਹੈ ਸਰਕਾਰ ਤੇ ਸਰਕਾਰ ਦੇ ਹੱਥ ਬੜੇ ਲੰਬੇ ਨੇ ਸਰਕਾਰ ਡਿਸਪਾਈਟ ਆਲ ਦਿਸ ਆਡ ਸਿਚੁਏਸ਼ਨ ਦੇ ਆਰ ਵਰਕਿੰਗ ਹੋ ਜਿਹੜੇ ਮਿਸ਼ਨਰੀ ਕਾਲਜ ਹੈਗੇ ਨੇ ਇਹ ਵੀ ਤਾਂ ਟਾਕਰਾ ਲੈ ਹੀ ਰਹੇ ਨੇ ਟਾਕਰਾ ਕਿੱਥੇ ਲੈ ਰਹੇ ਜੀ ਕੰਪਰੋਮਾਈਜ਼ ਕਰ ਰਹੇ ਨੇ ਤਾਂ ਚੱਲ ਰਹੇ ਨੇ ਇਹ ਕੰਪਰੋਮਾਈਜ਼ ਨਹੀਂ ਸੀ ਚਲੋ ਅਸੀਂ ਇਹ ਡਿਫਰੈਂਟ ਹੀ ਆਪਾਂ ਇੱਕ ਟੌਪਿਕ ਲੈ ਲਿਆ ਆਪਾਂ ਆਪਣੇ ਟੌਪਿਕ ਦੇ ਉੱਤੇ ਗੱਲ ਕਰੀਏ ਸਰ ਤੁਹਾਡੇ ਹਿਸਾਬ ਨਾਲ ਜਿਹੜਾ ਤੁਸੀਂ ਇਹਦੀ ਕਿਤਾਬ ਲਿਖ ਰਹੇ ਹੋ ਖਾਲਸਾ ਵਰਸਿਸ ਡੇਰਾਵਾਦ ਖਾਲਸਾ ਪੰਥ ਬਨਾਮ ਡੇਰਾਵਾਦ ਬਨਾਮ ਡੇਰਾਵਾਦ ਸੌਰੀ ਉਹਦੇ ਵਿੱਚ ਕਿਸ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਉਸ ਕਿਤਾਬ ਨੂੰ ਲਿਖਣ ਵਾਸਤੇ ਅੱਜ ਸਿੱਖ ਕੌਮ ਨੂੰ ਸਭ ਤੋਂ ਵੱਡਾ ਜਿਹੜਾ ਰੋਗ ਲੱਗਾ ਹੋਇਆ ਨਾ ਡੇਰਾਵਾਦ ਦਾ ਰੋਗ ਲੱਗਾ ਹੋਇਆ ਜੀ ਗੁਰੂ ਨਾਨਕ ਪਾਤਸ਼ਾਹ ਨੇ ਹਰ ਪੁਜਾਰੀ ਸ਼੍ਰੇਣੀ ਨੂੰ ਰੱਦ ਕੀਤਾ ਜੀ ਗੁਰੂ ਨਾਨਕ ਪਾਤਸ਼ਾਹ ਨੇ ਸਮਾਜਿਕ ਤੌਰ 'ਤੇ ਇਹ ਮਹਿਸੂਸ ਕੀਤਾ ਸੀ ਕਿ ਸਾਰੇ ਸਮਾਜ ਦੇ ਦੁੱਖਾਂ ਦਾ ਅਸਲੀ ਕਾਰਨ ਜਿਹੜਾ ਪੁਜਾਰੀ ਸ਼੍ਰੇਣੀ ਹੈ ਇਸ ਕਰਕੇ ਉਸ ਵੇਲੇ ਤਿੰਨ ਪੁਜਾਰੀ ਸ਼੍ਰੇਣੀਆਂ ਸਨ ਜੀ ਸਰ ਸਤਿਗੁਰੂ ਨੇ ਤਿੰਨਾਂ ਨੂੰ ਰੱਦ ਕੀਤਾ ਗਾਦੀ ਕੂੜ ਬੋਲ ਮਲ ਖਾਏ ਬਾਮਨ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਦੀਨੇ ਉਹ ਜਾੜੇ ਕਾ ਬੰਦ ਇੱਕ ਪੁਜਾਰੀ ਮੁਕਤ ਸਮਾਜ ਦਿੱਤਾ ਸਿੱਖ ਕੌਮ ਜਿਹੜੀ ਹੈ ਪੁਜਾਰੀ ਮੁਕਤ ਸਮਾਜ ਹੈ ਜਿਹੜਾ ਸਿੱਧਾ ਜਿਹੜਾ ਆਪਣਾ ਅਸੀਂ ਸੈਲਫ ਸਟਾਈਲ ਪੁਜਾਰੀ ਬਣਾ ਲਿਆ ਇਹ ਉਹ ਪੁਜਾਰੀ ਬਣ ਗਏ ਨਾ ਜੀ ਉਹਨਾਂ ਦੇ ਖਿਲਾਫ਼ ਹੀ ਤਾਂ ਮੈਂ ਲਿਖੀ ਫਿਰ ਉਹਨਾਂ ਦੇ ਨੂੰ ਐਕਸਪੋਜ਼ ਕਰਨ ਵਾਸਤੇ ਲਿਖੀ ਹੈ ਵੀ ਸਿੱਖ ਧਰਮ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਇਹਨਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਸਰ ਜਿਹੜਾ ਸੰਤ ਸ਼ਬਦ ਹੈ ਇਹਦੀ ਪੂਰੀ ਦੁਰਵਰਤੋਂ ਹੋ ਰਹੀ ਹੈ ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਵੇਲੇ ਸਿੰਗੂਲਰ ਆਉਂਦਾ ਜਾਂ ਅਕਾਲ ਪੁਰਖ ਵਾਸਤੇ ਆਉਂਦਾ ਅਤੇ ਜਾਂ ਗੁਰੂ ਵਾਸਤੇ ਆਉਂਦਾ ਕਿਸੇ ਹੋਰ ਵਿਅਕਤੀ ਵਾਸਤੇ ਨਹੀਂ ਆਉਂਦਾ ਅਤੇ ਅਸੀਂ ਉਹ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਇਹਨਾਂ ਆਪਣੇ ਆਪ ਨੂੰ ਸੰਤ ਬਣਾ ਕੇ ਕਹਿਤਾ ਵੀ ਸਾਡੇ ਜਿਹੜਾ ਨਿੰਦਾ ਕਰੇਗਾ ਉਹ ਆਵਾਗਮਨ ਦੇ ਵਿੱਚ ਪਿਆ ਰਹੇਗਾ ਉਹ ਗੁਰੂ ਦੀ ਗੱਲ ਹੈ ਤੁਹਾਡੇ ਸਾਹਮਣੇ ਸਿੱਖ ਇੰਸਟੀਟਿਊਸ਼ਨ ਜਾਂ ਸਿੱਖ ਪੋਲਿਟੀ ਕਿੱਥੇ ਫੇਲ ਹੋਈ ਕਿ ਜੇ ਇਹਨਾਂ ਨੂੰ ਵਧਾਵਾ ਮਿਲਿਆ ਗੱਲ ਹੈ ਜੀ ਜਿਸ ਵੇਲੇ ਇਹਨਾਂ ਨੂੰ ਵਧਾਵਾ ਅੱਜ ਨਹੀਂ ਮਿਲਿਆ ਮੈਂ ਤਾਂ ਕਿਤਾਬ ਲਿਖੀ ਬਹੁਤ ਲੰਬਾ ਇਹ 'ਤੇ ਰਿਸਰਚ ਕੀਤੀ ਹੈ ਜੀ ਇਹ ਤਾਂ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਾਣ ਤੋਂ ਬਾਅਦ ਸਿੱਖ ਕੌਮ ਨੂੰ ਜੰਗਲਾਂ ਬੇਲਿਆਂ ਦੇ ਵਿੱਚ ਰਹਿਣਾ ਪਿਆ ਜੀ ਉਸ ਵੇਲੇ ਗੁਰਦੁਆਰਿਆਂ ਦੇ ਉੱਤੇ ਇਹਨਾਂ ਦਾ ਕਬਜ਼ਾ ਹੋ ਗਿਆ ਜੀ ਉਦਾਸੀਆਂ ਦਾ ਅਤੇ ਨਿਰਮਲਿਆਂ ਦਾ ਜੀ ਇਹਨਾਂ ਉਦਾਸੀਆਂ ਅਤੇ ਨਿਰਮਲਿਆਂ ਨੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਮਰਿਆਦਾ ਜਿਹੜੀ ਹੈ ਸਾਰੀ ਬ੍ਰਾਹਮਣੀ ਮਰਿਆਦਾ ਚਲਾ ਦਿੱਤੀ ਜੀ ਬ੍ਰਾਹਮਣੀ ਵਿਚਾਰਧਾਰਾ ਕੀਤੀ ਇੱਕ ਇਹਨਾਂ ਨੇ ਜੋ ਕਿਤਾਬਾਂ ਵੀ ਲਿਖੀਆਂ ਜੋ ਗ੍ਰੰਥ ਵੀ ਲਿਖੇ ਉਹ ਸਾਰੇ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਈਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਰਥ ਕੀਤੇ ਗਏ ਉਹ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਕੀਤੇ ਗਏ ਜੀ ਉਹ ਸਥਾਪਿਤ ਹੋ ਗਈ ਜਿਹੜਾ ਆਮ ਸ਼ਹਿਰੀ ਸਿੱਖ ਬਣਿਆ ਜਿਵੇਂ ਜਿਵੇਂ ਉਹਨਾਂ ਉਹ ਹਾਲਾਤ ਬਦਲਦੇ ਗਏ ਉਹ ਗੁਰਦੁਆਰੇ ਦੇ ਮਗਰ ਲੱਗਾ ਉਹ ਇਹਨਾਂ ਦੀ ਮਰਿਆਦਾ ਦੇ ਵਿੱਚ ਜਿਹੜਾ ਚੱਲਦਾ ਗਿਆ ਇਹਨਾਂ ਦੀ ਹਰ ਦਿਨ ਜਿਹੜੀ ਹੈ ਉਹ ਸਾਖ ਵਧਦੀ ਗਈ ਲੇਕਿਨ ਜਿਹੜਾ ਮੌਜੂਦਾ ਕਿਸਮ ਦਾ ਸੰਤਵਾਦ ਹੈ ਜਿਹੜਾ ਸੰਤ ਲਫ਼ਜ਼ ਮਨੁੱਖ ਵਾਸਤੇ ਵਰਤਿਆ ਗਿਆ ਇਹ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਅਤਰ ਸਿੰਘ ਮਸਤੂਆਣੇ ਵਾਲੇ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਪਹਿਲੇ 10-12 ਸੰਤ ਨੇ ਕਰਮ ਸਿੰਘ ਹੋਤੀ ਮਰਦਾਨ ਇਹ ਨੰਦ ਸਿੰਘ ਈਸ਼ਰ ਸਿੰਘ ਇਹ ਤੁਹਾਡੇ ਆਪਣਾ ਅਤਰ ਸਿੰਘ ਮਸਤੂਆਣਾ ਇਹ ਸਾਰੇ ਫੌਜ ਦੇ ਵਿੱਚੋਂ ਹੀ ਆਏ ਸਨ ਇਹ ਸਾਰੇ ਦੇ ਸਾਰੇ ਫੌਜ ਦੇ ਵਿੱਚੋਂ ਆਏ ਸਨ ਅੰਗਰੇਜ਼ ਫੌਜ ਦੇ ਵਿੱਚੋਂ ਬਟ ਕਿਹਾ ਜਾਂਦਾ ਇਹਨਾਂ ਦੀ ਲਿਵ ਲੱਗ ਜਾਂਦੀ ਸੀ ਤੇ ਪਿੱਛੇ ਇਹਨਾਂ ਦੀ ਅਟੈਂਡੈਂਸ ਲੱਗ ਜਾਂਦੀ ਸੀਗੀ ਇੱਕ ਬੜੀ ਸਵਾਦਲੀ ਗੱਲ ਹੈ ਜੀ ਸਾਡੇ ਚੰਡੀਗੜ੍ਹ ਇੱਕ ਇਸ ਤਰ੍ਹਾਂ ਦਾ ਹੀ ਪਖੰਡੀ ਸਾਧ ਹੈ ਸਰੂਪ ਸਿੰਘ ਜੀ ਉਹ ਉੱਥੇ ਇੱਕ ਸਾਧ ਹੈ ਉਹਨੂੰ ਝੀਲ ਵਾਲਾ ਬਾਬਾ ਕਹਿੰਦੇ ਨੇ ਪਰਮਜੀਤ ਸਿੰਘ ਇਹ ਉਹਦਾ ਚੇਲਾ ਸੀ ਪਹਿਲਾਂ ਅਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਾਣੀ ਦੇ ਮਹਿਕਮੇ ਦੇ ਵਿੱਚ ਮੋਟਰ ਓਪਰੇਟਰ ਸੀ ਜੀ ਉਹਦੇ ਬਾਅਦ ਇਹ ਆਪ ਬਾਬਾ ਬਣ ਗਿਆ ਹੁਣ ਉਹ ਕਈ ਕਹਾਵਤ ਹੈ ਨਾ ਇੱਕ ਚੇਲੇ ਜਿਨ੍ਹਾਂ ਦੇ ਟੱਪਣੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛਟਾਪ ਇਹ ਚੇਲਾ ਜਿਹੜਾ ਉਹ ਅੱਗੇ ਚਲਾ ਗਿਆ ਗੁਰੂ ਤੋਂ ਇਹਨੇ ਆਪਣਾ ਡੇਰਾ ਬਣਾ ਲਿਆ ਜੀ ਜਿਸ ਵੇਲੇ ਇਹਨੇ ਡੇਰਾ ਬਣਾਇਆ ਇਹਨੇ ਆਪਣੇ ਕੁਝ ਸਾਥੀਆਂ ਨਾਲ ਕੁਝ ਕੰਪਰੋਮਾਈਜ਼ ਕੀਤਾ ਉਹ ਇਹਦੀ ਜਗ੍ਹਾ 'ਤੇ ਡਿਊਟੀ ਡਿਊਟੀ ਕਰ ਦਿੰਦੇ ਸਨ ਅਤੇ ਇਹਨੂੰ ਤਨਖਾਹ ਮਿਲ ਜਾਂਦੀ ਸੀ ਇਹ ਜਦੋਂ ਕਿਤੇ ਪ੍ਰਚਾਰ ਪ੍ਰਚੂਰ ਲਈ ਜਾਂਦਾ ਸੀ ਇਹਨਾਂ ਦੇ ਮੁਤਾਬਕ ਪ੍ਰਚਾਰ ਦੇ ਮੁਤਾਬਕ ਹੌਲੀ ਹੌਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਦੀ ਐਡਜਸਟਮੈਂਟ ਹੋ ਗਈ ਇਹ ਬਾਬਾਗਿਰੀ ਕਰਦਾ ਰਿਹਾ ਅਤੇ ਉੱਥੇ ਹਾਜ਼ਰੀ ਵੀ ਲੱਗਦੀ ਰਹੀ ਅਤੇ ਤਨਖਾਹ ਵੀ ਮਿਲਦੀ ਰਹੀ ਓਕੇ
ਹਾਜ਼ਰੀ ਵੀ ਲੱਗਦੀ ਰਹੀ, ਤਨਖਾਹ ਵੀ ਮਿਲਦੀ ਰਹੀ। ਉਹਦੇ ਬਾਅਦ ਟਕਰਾਅ ਹੋ ਗਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ। ਇਹਨੇ ਜਿਹੜਾ ਗੁਰਦੁਆਰਾ ਬਣਾਇਆ ਸੀ ਉਹਦੇ ਵਿੱਚ ਇਹਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਕੁਝ ਜਗ੍ਹਾ ਵੀ ਘੇਰ ਲਈ ਅਤੇ ਕੁਝ ਨਕਸ਼ਾ ਇਸ ਤਰ੍ਹਾਂ ਬਣਾਇਆ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਐਕਸੈਪਟੇਬਲ ਨਹੀਂ ਸੀ। ਉਹ ਢਾਉਣ ਲਈ ਆ ਗਏ। ਇਹਨੇ ਆਪਣੇ ਬੰਦਿਆਂ ਨੂੰ ਅੱਗੋਂ ਕਹਿਤਾ ਵੀ ਇਹਨਾਂ ਨੂੰ ਢਾਉਣ ਨਾ ਦਿਓ। ਉਹ ਟਕਰਾਅ ਹੋ ਗਿਆ। ਜਿਹੜੇ ਟਕਰਾਅ ਹੋਇਆ ਅਤੇ ਆਹ ਸਾਰੀ ਗੱਲ ਸੱਚਾਈ ਬਾਹਰ ਆਈ ਕਿ ਇਹ ਤਾਂ ਉੱਥੋਂ ਤਨਖਾਹ ਲੈ ਰਿਹਾ ਮੁਫਤ ਦੀ ਔਰ ਇੱਥੇ ਆਪਣੀ ਬਾਬਾਗਿਰੀ ਚਲਾ ਰਿਹਾ, ਫਿਰ ਇਹਦਾ ਨਾਂ ਕੱਟਿਆ ਗਿਆ। ਅਗਰ ਅੱਜ ਇਹ ਸਾਰਾ ਨਾਂ ਹੁੰਦਾ ਤਾਂ ਕੱਲ੍ਹ ਇਤਿਹਾਸ ਬਣਨਾ ਸੀ ਕਿ ਸੰਤ ਸਰੂਪ ਸਿੰਘ ਜੀ ਬਾਹਰ ਪ੍ਰਚਾਰ ਕਰਦੇ ਸੀ ਅਤੇ ਪਰਮਾਤਮਾ ਉਹਨਾਂ ਦੀ ਜਗ੍ਹਾ 'ਤੇ ਡਿਊਟੀ ਦਿਆ ਕਰਦਾ ਸੀ। ਤੂੰ ਕੰਕਲੂਡ ਜਿਹੜੇ ਆ ਈਸਰ ਸਿੰਘ ਹੈ ਜਿਹੜੇ ਵੀ ਸੀਗੇ ਮਸਤੋਂ ਆਉਣ ਵਾਲੇ, ਇਹ ਸਾਰੇ ਟੋਟਲ ਪਖੰਡ ਹੈ, ਟੋਟਲ ਪਖੰਡ ਹੈ। ਪਲਾਂਟਡ ਸੀਗੇ ਬ੍ਰਿਟਿਸ਼ ਆਰਮੀ, ਬਿਲਕੁਲ ਬ੍ਰਿਟਿਸ਼ਰਸ 100%। ਉਹ ਸਿੱਖਾਂ ਸਿੱਖੀ ਨੂੰ ਗੁੰਮਰਾਹ ਕਰਨਾ ਚਾਹੁੰਦੇ ਸੀ, ਉਹ ਸਿੱਖ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ, ਸਿੱਖ ਦੇ ਹੱਲੋਂ ਤਲਵਾਰ ਖੋ ਕੇ ਉਹਦੇ ਹੱਥ 'ਚ ਮਾਰਾ ਫੜਾਉਣਾ ਚਾਹੁੰਦੇ ਸੀ। ਉਹਦੇ ਕਰਕੇ ਅੰਗਰੇਜ਼ਾਂ ਨੇ ਕ੍ਰੀਏਟ ਕੀਤੇ ਸਾਰੇ ਬਾਬੇ, ਇਹ ਉਹਨਾਂ ਦੀ ਕ੍ਰੀਏਸ਼ਨ ਸਨ। ਅਤੇ ਜਿਹੜੀ ਮੇਰੇ ਹੱਥ 'ਚ ਕਿਤਾਬ ਹੈ ਬਚਿੱਤਰ ਨਾਟਕ ਗੁਰਮਤ ਦੀ ਕਸੌਟੀ 'ਤੇ, ਇਹ ਤੁਸੀਂ ਕਦੋਂ ਅਤੇ ਕਿਉਂ ਲਿਖੀ, ਇਹਦਾ ਕੀ ਵਜ੍ਹਾ ਸੀ? ਤੁਸੀਂ ਇੱਕ ਬੜਾ ਵੱਡਾ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿ ਦਸਮ ਗ੍ਰੰਥ ਜਿਹੜਾ ਹੈ ਜਾਂ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਜਿਹੜਾ ਹੈ ਇਹ ਬਿਲਕੁਲ ਗੁਰਮਤ ਦੇ ਅਨੁਸਾਰ ਹੈ। ਤੇ ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ ਕਿ ਜਿਹੜੀ ਤਿੰਨ ਨਿਤਨੇਮ ਦੀਆਂ ਬਾਣੀਆਂ 'ਚ ਆਉਂਦੀ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ? ਸਰ ਉਹ ਤਿੰਨ ਬਾਣੀਆਂ ਦੀ ਗੱਲ ਨਹੀਂ, ਸਾਰੇ ਦਸਮ ਗ੍ਰੰਥ ਦੀਆਂ ਲਿਖਤਾਂ ਦੀ ਗੱਲ ਹੈ ਜੀ। ਗੁਰਬਾਣੀ ਇੱਕ ਸਿਸਟਮ ਦੇ ਵਿੱਚ ਚੱਲਦੀ ਹੈ, ਗੁਰੂ ਇੱਕ ਜੁਗਤ ਦੇ ਵਿੱਚ ਵਰਤਦਾ ਜੀ। ਜਿੰਨੇ ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ ਉਹਨਾਂ ਨੇ ਕਵੀ ਦੇ ਸੰਕੇਤ ਦੇ ਉੱਤੇ ਨਾਨਕ ਪਦ ਵਰਤਿਆ। ਪਹਿਲੇ ਪੰਜ ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ, ਨਾਨਕ ਪਦ ਵਰਤਿਆ। ਉਹਦੇ ਬਾਅਦ ਨੌਵੇਂ ਪਾਤਸ਼ਾਹ, ਛੇਵੇਂ, ਸੱਤਵੇਂ, ਅੱਠਵੇਂ ਪਾਤਸ਼ਾਹ ਨੇ ਗੁਰਬਾਣੀ ਉਚਾਰਨ ਨਹੀਂ ਕੀਤੀ। ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਹਰਰਾਏ ਸਾਹਿਬ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਗੁਰੂ ਨਹੀਂ ਸਨ, ਗੁਰੂ ਦੇ ਵਾਸਤੇ ਕੰਡੀਸ਼ਨ ਨਹੀਂ ਹੈ ਕਿ ਉਹ ਬਾਣੀ ਉਚਾਰਨ ਕਰੇ। ਉਹਦੇ ਬਾਅਦ ਨੌਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, ਉਹਨਾਂ ਨੇ ਵੀ ਨਾਨਕ ਪਦ ਵਰਤਿਆ। ਹੁਣ ਕਿਉਂ ਨਾਨਕ ਪਦ ਵਰਤਿਆ ਇਹਦੀ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ। ਜੋ ਤੋਹਾ ਜੁਗਤ ਸਾਏ ਸਿਆ ਕਾਇਆ ਫੇਰ ਪਲਟੀਏ, ਉਹੀ ਜੋਤ ਹੈ ਉਹੀ ਜੁਗਤ ਹੈ, ਕਿਉਂਕਿ ਸਾਰਿਆਂ ਵਿੱਚ ਨਾਨਕ ਜੋਤ ਸੀ ਇਸ ਕਰਕੇ ਨਾਨਕ ਸਾਰਿਆਂ ਨੇ ਨਾਨਕ ਪਦ ਵਰਤਿਆ। ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਦਰ ਨਾਨਕ ਜੋਤ ਸੀ ਕਿ ਨਹੀਂ, ਉਹ ਨਾਨਕ ਜੋਤ ਸਨ ਕਿ ਨਹੀਂ? ਬਿਲਕੁਲ ਸਰ। ਜੇ ਨਾਨਕ ਜੋਤ ਸਨ ਤਾਂ ਇਹ ਕਿਵੇਂ ਹੋ ਸਕਦਾ ਕਿ ਨੌਵੇਂ ਪਾਤਸ਼ਾਹ ਤੱਕ ਚੱਲੀ ਆਉਂਦੀ ਜਿਹੜੀ ਇੱਕ ਮਰਿਆਦਾ ਉਹਨੂੰ ਤੋੜ ਦੇਣ, ਉਹ ਰਚਨਾ ਰਚਨ ਅਤੇ ਉਹਦੇ ਵਿੱਚ ਨਾਨਕ ਪਦ ਨਾ ਵਰਤਣ? ਉਸ ਤੋਂ ਇਲਾਵਾ ਕਿਹੜੇ ਜਾਮੇ 'ਚ ਬਾਣੀ ਰਚੀ ਸਾਨੂੰ ਪਤਾ ਲੱਗ ਜਾਏ? ਨਾਨਕ ਪਦ ਤੋਂ ਸਾਨੂੰ ਪਤਾ ਨਹੀਂ ਲੱਗਣਾ ਕਿਹੜੇ ਜਾਮੇ 'ਚ ਬਾਣੀ ਰਚੀ। ਉਹਦੇ ਵਾਸਤੇ ਮਹੱਲਾ ਲਫ਼ਜ਼ ਵਰਤਿਆ ਗਿਆ। ਮਹੱਲਾ ਦਾ ਮਤਲਬ ਹੈ ਜਾਮਾ, ਮਹੱਲਾ ਪਹਿਲਾ, ਮਹੱਲਾ ਦੂਜਾ। ਹੁਣ ਮਹੱਲਾ ਪਹਿਲਾ ਆਉਂਦਾ ਸਾਨੂੰ ਪਤਾ ਲੱਗ ਜਾਂਦਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਮਹੱਲਾ ਪੰਜਵਾਂ ਆਉਂਦਾ ਸਾਨੂੰ ਪਤਾ ਲੱਗ ਜਾਂਦਾ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ, ਮਹੱਲਾ ਨੌਵਾਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਜਿਹੜਾ ਮਹੱਲਾ ਆਇਆ ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਗਿਆ। ਮੱਲਾ ਦਾ ਮਤਲਬ ਜਾਮਾ, ਉੱਥੇ ਸ਼ਬਦ ਆ ਰਿਹਾ ਪਾਤਸ਼ਾਹੀ ਦਸਵੀਂ, ਉਹ ਵੀ ਬਾਅਦ 'ਚ ਸ਼ਾਇਦ ਪਾਇਆ ਗਿਆ। ਤੁਸੀਂ ਇੱਕ ਗੱਲ ਜਿਹੜੀ ਹੈ ਨਾ ਉਹਨੂੰ ਬੇਸਿਕ ਨੂੰ ਸਮਝੀਏ ਆਪਾਂ। ਗੁਰੂ ਆਪਣੇ ਆਪ ਨੂੰ ਪਾਤਸ਼ਾਹ ਨਹੀਂ ਕਹਿੰਦਾ, ਅਸੀਂ ਪਾਤਸ਼ਾਹ ਕਹਿੰਦੇ ਹਾਂ। ਗੁਰੂ ਤਾਂ ਕਹਿੰਦਾ ਨਾਨਕ ਨੀਚ ਕਹਿ ਵਿਚਾਰ, ਨਾਨਕ ਗਰੀਬ ਢਹਿ ਪਿਆ ਦੁਆਰੇ, ਨਾਨਕ ਗਰੀਬ ਬੰਦਾ ਜਨ ਤੇਰਾ। ਗੁਰੂ ਤਾਂ ਆਪਣੇ ਆਪ ਨੂੰ ਇੰਨਾ ਨਿਮਾਣਾ ਕਰਕੇ ਕਹਿੰਦਾ, ਗੁਰੂ ਆਪਣੇ ਆਪ ਨੂੰ ਪਾਤਸ਼ਾਹ ਥੋੜ੍ਹੀ ਕਹਿੰਦਾ, ਸਿੱਖ ਕਹਿੰਦਾ ਮੇਰਾ ਪਾਤਸ਼ਾਹ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਆਪ ਨੂੰ ਪਾਤਸ਼ਾਹ ਲਿਖ ਦਿੱਤਾ, ਉੱਥੇ ਪਾਤਸ਼ਾਹੀ ਦਸਵੀਂ ਲਿਖ ਦਿੱਤਾ। ਇਹ ਉਹਨਾਂ ਲੋਕਾਂ ਨੇ ਜਿਹੜੇ ਇਹਨੂੰ ਪ੍ਰਮਾਣ ਕਰਵਾਉਣਾ ਚਾਹੁੰਦੇ ਨੇ, ਸਿੱਖ ਕੌਮ ਦੇ ਉੱਤੇ ਥੋਪਣਾ ਚਾਹੁੰਦੇ ਨੇ, ਉਹਨਾਂ ਲੋਕਾਂ ਨੇ ਇਹ ਪਾਤਸ਼ਾਹ ਲਫ਼ਜ਼ ਜਿਹੜਾ ਪਾਤਸ਼ਾਹੀ, ਇਹਨਾਂ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਨੇ ਅਤੇ ਇਹਨਾਂ ਉੱਤੇ ਪਾਤਸ਼ਾਹੀ ਦਸਵੀਂ ਲਿਖ ਦਿੱਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਆਪ ਨੂੰ ਕਦੀ ਪਾਤਸ਼ਾਹ ਨਹੀਂ ਲਿਖ ਸਕਦੇ। ਮੇਰਾ ਆਖਰੀ ਸਵਾਲ, ਇਹ ਜਿਹੜਾ ਸੀਆ ਅਤੇ ਸੁੰਨੀ ਵਾਂਗ ਜਿਹੜੀ ਵੰਡ ਪੈ ਰਹੀ ਹੈ ਜੀ, ਇਸ ਚੀਜ਼ ਨੂੰ ਰਿਡਿਊਸ ਕਰਨ ਵਾਸਤੇ ਤੁਸੀਂ ਕੀ ਸੁਜੈਸਟ ਕਰੋਗੇ ਕੌਮ ਦੇ ਵਿਦਵਾਨਾਂ? ਦੇਖੋ ਗੱਲ ਇਹ ਹੈ, ਕਿਉਂਕਿ ਆਫਟਰ ਆਲ ਵਿਜ਼ਨ ਤਾਂ ਉਹਨਾਂ ਨੇ ਦੇਣਾ। ਦੋ ਤਰ੍ਹਾਂ ਦੇ ਲੋਕ ਨੇ ਜੀ, ਇੱਕ ਤਾਂ ਨੇ ਜਿਹੜੇ ਭੁੱਲੜ ਨੇ, ਉਹ ਤਾਂ ਬੈਠ ਕੇ ਵਿਚਾਰ ਕਰਨ ਅਤੇ ਸਾਰੇ ਮਸਲੇ ਹੱਲ ਹੋ ਸਕਦੇ ਨੇ ਜੀ, ਲੇਕਿਨ ਬੈਠ ਕੇ ਵਿਚਾਰ ਕੀਤੀ ਜਾਏ, ਓਪਨ ਮਾਈਂਡ ਨਾਲ ਕੀਤੀ ਜਾਏ ਕਿ ਅਸੀਂ ਪੰਥ ਦੇ ਹਿੱਤ ਵਿੱਚ ਕਰਨਾ, ਗੁਰਮਤ ਅਨੁਸਾਰ ਕਰਨਾ, ਫਿਰ ਕੋਈ ਸਮੱਸਿਆ ਨਹੀਂ। ਲੇਕਿਨ ਕੁਛ ਲੋਕ ਨੇ ਜਿਹੜੇ ਇਸ ਪਰਪਜ਼ ਲਈ ਪਲਾਂਟ ਕੀਤੇ ਗਏ ਨੇ ਕਿ ਤੁਸੀਂ ਦਸਮ ਗ੍ਰੰਥ ਨੂੰ ਸਿੱਖ ਕੌਮ ਦੇ ਵਿੱਚ ਵਾੜਨਾ, ਉਹਨਾਂ ਨੂੰ ਕਿਵੇਂ ਤੁਸੀਂ ਸੈਟਿਸਫਾਈ ਕਰ ਲਓਗੇ? ਉਹਨਾਂ ਕੋਲੋਂ ਕਿਵੇਂ ਖਹਿੜਾ ਛੁੜਾ ਲਓਗੇ? ਉਹਨਾਂ ਨੂੰ ਕਿਹੜੇ ਤੁਸੀਂ ਦਲੀਲ ਦੇ ਨਾਲ ਕਾਇਲ ਕਰ ਲਓਗੇ? ਉਹ ਤਾਂ ਇੱਕ ਮਕਸਦ ਦੇ ਵਾਸਤੇ ਪਲਾਂਟ ਕੀਤੇ ਗਏ ਨੇ, ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਇੱਕ ਮਕਸਦ ਦੇ ਵਾਸਤੇ, ਉਹਨਾਂ ਦੇ ਪਿੱਛੇ ਸਰਕਾਰੀ ਸਿਸਟਮ ਖੜ੍ਹਾ। ਇਹ ਤਾਂ ਸਿੱਖ ਕੌਮ ਨੂੰ ਜਾਗਰਤ ਹੋਣਾ ਪਏਗਾ।
आम सिख नूं समझना पएगा भी आ मेरे गुरु नूं रिप्लेस करन दी कोशिश हो रही है, मैनूं मेरे गुरु नालों तोड़न दी कोशिश हो रही है, सिक्खी नूं खत्म करन दी कोशिश हो रही है। ये गुरु गोबिंद सिंह पातशाह दा नां लैके गुरु गोबिंद सिंह पातशाह नाल ही सब तो वड्डा बदावा दिता जा रहा है, गुरु गोबिंद सिंह पातशाह नाल ही सब तो वड्डा धोखा दिता किया जा रहा है। सिख कौम समझ जाए वो चंद लोग जिहड़े ने वो फिर आपे अपनी जगह दे उत्ते टिके रह जाणगे, फिर उन्हां दी कोई वक्त नहीं रहेगी। और हर दिन फर्क पै रहा, जिस वेले अज तो 15-20 साल पहले असीं गल करदे सां उस वेले 100 दे विचों 90 जिहड़े ने विरोध करन वाले हुंदे सन, अज 100 दे विचों 10 विरोध करन वाले रह गए ने, 90 जिहड़े ने समझण लग पए ने जी। ਸਤਿਗੁਰੂ ਮਿਹਰ ਕਰੇ। ਚਲੋ ਅਸੀਂ ਇਸੇ ਨੋਟ ਤੇ ਅੱਜ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਤੁਸੀਂ ਸਾਡੇ ਲਈ ਟਾਈਮ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੈਲਕਮ। ਹਮੇ ਤੋ ਇੱਕ ਯਾਦ ਹਾਨੀ ਦੇਣੀ ਥੀ, ਕੜਵਾ ਯੇ ਸੱਚ ਸੁਣਾਨਾ ਥਾ, ਤੂੰ ਮਾਨੇ ਨਾ ਮਾਨੇ ਆਪਣੀ ਥੀ ਗਰਜ ਸੁਣਾਨੀ ਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।